ਮੈਂ ਤੁਝ ਬਿਨ ਅਵਰ ਨ ਕੋਏ, ਮੈਂ ਤੁਝ ਬਿਨ ਅਵਰ ਨ ਕੋਏ। ਸਭ ਨਾ ਤੇਰੀ ਆਸ ਪ੍ਰਭ, ਸਭ ਜੀ ਤੇਰੇ ਤੂੰ ਰਾਸ, ਸਭ ਜੀ ਤੇਰੇ ਪ੍ਰਭ ਤੂੰ ਤੋ ਖਾਲੀ ਕੋ ਨਹੀਂ, ਦਰ ਗੁਰਮੁਖਾਨੋ ਸਾਬਾਸ, ਪ੍ਰਭ ਤੂੰ ਤੋ ਖਾਲੀ ਕੋ ਨਹੀਂ, ਦਰ ਗੁਰਮੁਖਾਨੋ ਸਾਬਾਸ। ਭਿਖੋ ਜਲ ਡੁੱਬਦੇ ਕੱਢ ਲੈ, ਭਿਖੋ ਜਲ ਡੁੱਬਦੇ ਕੱਢ ਲੈ, ਭਿਖੋ ਜਲ ਜਲ ਨਾਨਕ ਕੀ ਅਰਦਾਸ, ਜਨ ਨਾਨਕ ਕੀ ਅਰਦਾਸ, ਜਨ ਨਾਨਕ ਕੀ ਅਰਦਾਸ। ਮੇਰੇ ਸਤਿਗੁਰਾਂ, ਮੇਰੇ ਸਤਿਗੁਰਾਂ, ਮੈਂ ਤੁਝ ਬਿਨ ਅਵਰ ਨ ਕੋਏ, ਮੈਂ ਤੁਝ ਬਿਨ ਅਵਰ ਨ ਕੋਏ, ਅਵਰ ਨ ਕੋਏ, ਮੈਂ ਤੁਝ ਬਿਨ ਅਵਰ ਨ ਕੋਏ। ਮੇਰੇ ਸਤਿਗੁਰਾਂ, ਮੇਰੇ ਸਤਿਗੁਰਾਂ, ਮੈਂ ਤੁਝ ਬਿਨ ਅਵਰ ਨ ਕੋਏ, 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 ਮੈਂ ਤੁਝ ਬਿਨ ਅਵਰ ਨ ਕੋਏ। ਵਾਹਿਗੁਰੂ। ਮਿਲ ਪੀਵੋ ਪਾਈ ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਪਾਈ ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਪਾਈ ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਅੰਮ੍ਰਿਤ ਨਾਮ ਨਿਦਾਨ।
ਅੰਮ੍ਰਿਤ ਨਾਮ ਨਿਦਾਨ ਹੈ, ਅੰਮ੍ਰਿਤ ਨਾਮ ਨਿਦਾਨ ਹੈ, ਅੰਮ੍ਰਿਤ ਨਾਮ ਨਿਦਾਨ ਹੈ, ਅੰਮ੍ਰਿਤ ਨਾਮ ਨਿਦਾਨ ਮਿਲ ਪੀਓ ਪਾਈ, ਅੰਮ੍ਰਿਤ ਨਾਮ ਮਿਲ ਪੀਵੋ, ਅੰਮ੍ਰਿਤ ਨਾਮ ਨਿਦਾਨ ਹੈ। ਜਿਸ ਸਿਮਰਤ ਸੁਖ ਪਾਈਐ, ਜਿਸ ਸਿਮਰਤ, ਜਿਸ ਸਿਮਰਤ ਸੁਖ ਪਾਈਐ, ਜਿਸ ਸਿਮਰਤ ਸਭ ਤਿੱਖਾ ਬੁਝਾਈ, ਸਭ ਤਿੱਖਾ ਬੁਝਾਈ, ਮਿਲ ਪੀਵੋ ਪਾਈ, ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ, ਅੰਮ੍ਰਿਤ ਨਾਮ ਨਿਦਾਨ ਹੈ, ਅੰਮ੍ਰਿਤ ਨਾਮ ਨਿਦਾਨ ਹੈ, ਅੰਮ੍ਰਿਤ ਨਾਮ ਨਿਦਾਨ ਹੈ, ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਪਾਈ, ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ, ਅੰਮ੍ਰਿਤ ਨਾਮ ਨਿਦਾਨ ਹੈ। ਕਰ ਸੇਵਾ ਪਰ ਬ੍ਰਹਮ ਗੁਰ, ਕਰ ਸੇਵਾ, ਕਰ ਸੇਵਾ ਪਰ ਬ੍ਰਹਮ ਗੁਰ, ਕਰ ਸੇਵਾ, ਭੁੱਖ ਰਹੇ ਨਾ ਕਾਈ, ਭੁੱਖ ਰਹੇ ਨਾ ਮਿਲ ਪੀਵੋ, ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ, ਅੰਮ੍ਰਿਤ ਨਾਮ ਨਿਦਾਨ ਹੈ, ਅੰਮ੍ਰਿਤ ਨਾਮ ਨਿਦਾਨ,
ਨਾਮ ਨਿਦਾਨ ਹੈ। ਸਗਲ ਮਨੋਰਥ ਪੁਣਿਆ ਸਗਲ ਮਨੋਰਥ ਪੁਣਿਆ ਸਗਲ ਰਥ ਪੁਣਿਆ ਅਮਰਾ ਪਦ ਪਾਈ ਤੁਦ ਦੇ ਵੜ ਤੂੰ ਨਾਨਕ ਸ਼ਰਣਾਈ ਨਾਨਕ ਸ਼ਰਣਾਈ ਸਗਲ ਮਨੋਰਥ ਪੁਨਿਆ ਸਗਲ ਮਨੋਰਥ ਪੁਨਿਆ ਅਮਰਾ ਪਦ ਤੁਧ ਜੇਵੜ ਤੂੰ ਹੈ ਪਰ ਬ੍ਰਹਮ ਨਾਨਕ ਸ਼ਰਣਾਈ ਨਾਨਕ ਸ਼ਰਣਾਈ ਨਾਨਕ ਸ਼ਰਣਾਈ ਸਗਲ ਮਨੋਰਥ ਪੁਨਿਆ ਸਗਲ ਮਨੋ ਅਮਰਾ ਪਦ ਪਾ ਅਮਰਾ ਪਦ ਪਾਈ ਤੁਧ ਜੇ ਵੜ ਤੂੰ ਹੈ ਪਾਰ ਬ੍ਰਹਮ ਤੁਧ ਜੇ ਵੜ ਤੂੰ ਹੈ ਪਾਰ ਬ੍ਰਹਮ ਨਾਨਕ ਸ਼ਰਣਾਈ ਨਾਨਕ ਸ਼ਰਣਾ ਮਿਲ ਪੀਓ ਪਾਈ ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਓ ਪਾਈ ਅੰਮ੍ਰਿਤ ਨਾਮ ਨਿਦਾਨ ਹੈ 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 ਮਿਲ ਪੀਓ ਪਾਈ ਅੰਮ੍ਰਿਤ ਨਾਮ ਮਿਲ ਪੀਓ ਪਾਈ ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਓ ਪਾਈ ਅੰਮ੍ਰਿਤ ਨਾਮ ਨਿਦਾਨ ਹੈ।
ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗੀ ਹੋ ਜੋ ਕਿ ਖਾਲਸਾ ਸਾਜਨਾ ਦਿਵਸ ਵਿਸਾਖੀ ਦੀ ਖੁਸ਼ੀ ਵਿੱਚ ਨਿਤਾ ਪ੍ਰਤੀ ਹੀ 7 ਤਰੀਕ ਤੋਂ ਆਪ ਜੀ ਸਾਰੇ ਦੇ ਸਾਰੇ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਨਿਤਾ ਪ੍ਰਤੀ ਆਪਣੀਆਂ ਅਰਦਾਸਾਂ ਜੋੜਦੀਆਂ ਕਰ ਰਹੇ ਹੋ ਜੀ। ਆਓ ਹੁਣ ਸਾਡੇ ਵਿਚਕਾਰ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਬਬੀਹਾ ਪਹੁੰਚ ਚੁੱਕੇ ਨੇ, ਜੋ ਕਿ ਆਪ ਜੀ ਨੂੰ 9 ਵਜੇ ਤੱਕ ਗੁਰੂ ਚਰਨਾਂ ਵਿੱਚ ਗੁਰੂ ਕੇ ਕੀਰਤਨ ਰਾਹੀਂ ਜੋੜਨਗੇ। ਕੀਰਤਨ ਦੀ ਹਾਜ਼ਰੀ ਪੜ੍ਹਦੇ ਹਾਂ, ਬਾਣੀ ਪੜ੍ਹਦੇ ਹਾਂ, ਇੱਕ ਨਹੀਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਆਪ ਜੀ ਸਾਧ ਸੰਗਤ ਬਖਸ਼ਣ ਯੋਗ ਹੋ ਜੀ, ਬਖਸ਼ ਲੈਣਾ। ਸਾਰੇ ਗਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Sidi हम अवगुण भरे एक गुण नाही
ਅੰਮ੍ਰਿਤ ਛਾਟ ਬਿਖੈ ਬਿਖ ਮਾਇਆ ਮਾਇਆ ਪਰਮ ਪੈ ਭੁੱਲੇ ਸੁਤਦਾਰਾਸਿਓ ਪ੍ਰੀਤ ਲਗਾਈ ਇੱਕ ਉਤਮ ਬੰਦ ਸੁਣਿਓ ਗੁਰੂ ਸੰਗਤ ਤਹਿ ਮਿਲਨ ਜਮਦਰਾਸ ਤਹਿ ਮਿਲਨ ਜਮਦਰਾਸ ਇੱਕ ਅਰਦਾਸ ਇੱਕ ਅਰਦਾਸ ਬਾਜ ਕੀਰਤ ਕੀ ਗੁਰਨਾਮ ਦਾਸ ਆਖੋ ਸਰਨਾਈ ਨਾ ਤੁਮ ਡੋਲੋ ਨਾ ਹਮ ਗਿਰਦੇ ਰੱਖ ਲੀ ਹਰ ਮੇਰੀ ਤੂੰ ਮੇਰ ਮੇਰ ਪਰਬਤ ਸਵਾਮੀ ਉੱਠ ਗਈ ਮੈਂ ਸਵਾਮੀ ਉੱਠ ਗਈ ਮੈਂ ਤੇਰੀ ਤੂੰ ਮੇਰੂ ਮੇਰ ਪਰਬਤ ਸਵਾਮੀ ਉੱਠ ਗਈ ਮੈਂ ਤੇਰੀ ਤੂੰ ਮੇਰੂ ਮੇਰ ਪਰਬਤ ਸਵਾਮੀ ਉੱਠ ਗਈ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਦੇ ਰੱਖ ਲੀ ਹਰ ਮੇਰੀ ਨਾ ਤੁਮ ਡੋਲੋ ਨਾ ਹਮ ਗਿਰਦੇ
रखनी हर मेरी तुमेरु मेरु पर्वत स्वामी उठ गई मैं अब तब जब तक तू ही अब तब जब तक तू ही हम तो परसा सुखी सत ही हम तो परसाद सुखी सत ही ना तुम डोलो नाम गिनते रख ली रखनी हर मेरी मेरु पर्वत स्वामी ओट कही मैं तेरी मेरु पर्वत स्वामी ओट कही मैं तेरी ना तुम डोलो नाम गिनते रख ली हर मेरी नाम डोलो नाम गिनते रख ली हर मेरी बड़ो बड़ो Oh
ਨਾਮ ਡੋਲੋ ਨਾਮ ਕੀਰਤੇ ਰੱਖਣੀ ਨਿਹਾਰ ਮੇਰੀ ਪੜੋ ਜੀ ਜਬ ਤਬ ਤੂੰ ਹੀ ਤੂੰ ਹੀ ਅਬ ਤਬ ਜਬ ਤਬ ਤੂੰ ਹੀ ਤੂੰ ਹੀ ਤੂੰ ਹੀ ਮੰਗਹਰ ਬਸਿਓ ਤੇਰੇ ਤੋਰੇ ਭਰੋਸੇ ਮੰਗਹਰ ਬਸਿਓ ਮੇਰੇ ਤਨ ਕੀ ਤਪਤ ਬੁਝਾਈ ਮੇਰੇ ਤਨ ਕੀ ਤਪਤ ਬੁਝਾਈ ਪਹਿਲੇ ਦਰਸ਼ਨ ਮੰਗਹਰ ਪਾਇਓ ਪਹਿਲੇ ਦਰਸ਼ਨ ਮੰਗਹਰ ਪਾਇਓ ਕਾਸੀ ਬਸੇ ਆਈ ਕਾਸੀ ਬਸੇ ਆਈ ਆਈ ਨਾ ਤੁਮ ਡੋਲੋ ਨਾ ਹਮ ਰੱਖਣੀ ਓ
हम एक कर जानी हम एक हमने धन जो ये होता न पाया ਮੇਰੇ ਵੀਰਾਂ ਵੱਲੋਂ ਆਵਾਜ਼ ਆਵੇ ਜੀ ਕਰਿਓ ਕਿਰਪਾ
ਸੁਬਹਿ ਤਿਸ ਸੁਲਾ ਕਰੈ ਗੁਮਾਨ ਕੋ ਕਾਢਨ ਕੋ ਨਾਹੀ ਸੁਚੋਬ ਕੋ ਬਿਲਲ ਬਿਲਾਤੇ ਨਰਕੇ ਹੋਰ ਪਚਾਹੀ ਪੜੋ ਜੀ ਨਰਕੇ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਾਨ ਦੋਰਾਤੇ ਹਮ ਕਾਹੂ ਕੀ ਕਾਣ ਨ ਕਰਤੇ ਰਾਮ ਕਬੀਰਾ ਕੇ
ਯਕੀਨੀ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿਆਰ ਕਰਦਾ ਉਹ ਬੋਲੇਗਾ ਜੀ ਕਰਿਓ ਕਿਰਪਾ ਜੀ ਤੂੰ ਮਨਿੰਦਰ ਸਿੰਘ ਜੀ ਨੇ ਪੜ੍ਹੀ ਹੈ ਜੀ ਇਹ ਰੀਤ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਤੇ ਬਹੁਤ ਸੋਹਣੀ ਰੀਤ ਆਪ ਸਭ ਨੂੰ ਰੀਤ ਪਤਾ ਹੀ ਹੈ ਕਈ ਮਾਫ ਕਰਿਓ ਕੋਈ ਕਹਿੰਦੇ ਨੇ ਬਈ ਰਾਗੀ ਸਿੰਘ ਰੀਤ ਪੜ੍ਹ ਕੇ ਅੱਗੇ ਆ ਜਾਂਦੇ ਨੇ
ਕਿਸੇ ਦੀ ਕਾਪੀ ਕਰਕੇ ਅੱਗੇ ਆ ਜਾਂਦੇ ਨੇ, ਕਾਪੀ ਨਹੀਂ ਹੁੰਦੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਤੇ ਸਤਿਗੁਰੂ ਜੀ ਦੀ ਸਿਰਫ ਉਸਤਤ ਹੁੰਦੀ ਹੈ। ਕਾਪੀ ਅਸੀਂ ਕਿਹਦੀ ਕਰਨੀ ਹੈ? ਕਾਪੀ ਨਹੀਂ ਹੁੰਦੀ, ਸਭ ਦੀ ਮਿਹਨਤ ਹੈ। ਜੇ ਅਸੀਂ ਪੜ੍ਹਦੇ ਹਾਂ ਤੇ ਹੱਕ ਨਾਲ ਕਹਿੰਦੇ ਹਾਂ ਵੀ ਪੜ੍ਹਦੇ ਹਾਂ, ਮਾਫ ਕਰਿਓ ਕਈ ਰਾਗੀ ਸਿੰਘ ਕਹਿ ਦਿੰਦੇ ਨੇ ਉਹਦਾ ਤੇ ਕੁਛ ਨਹੀਂ। ਇੱਕ ਪਿੱਛੇ ਘਟਨਾ ਵਾਪਰ ਗਈ ਸੀ, ਕਿਸੇ ਨੇ ਕਹਿ ਤਾ ਵੀ ਆਪਣੀ ਸੇਕ ਕੇ ਖਾਣੀ ਚਾਹੀਦੀ ਹੈ, ਸੇਕੀ ਸਿਕਾਈ ਨਹੀਂ ਖਾਣੀ ਚਾਹੀਦੀ। ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਤਰਸ ਹੈ, ਜਿਹੜਾ ਕਹਿੰਦਾ ਉਸ ਤੇ ਵੀ ਤਰਸ ਹੀ ਕੀਤਾ। ਸੱਚ ਜਾਣਿਓ ਮੈਨੂੰ ਮਾਫ ਕਰਨਾ ਬਈ, ਸੇਕੀ ਸਿਕਾਈ ਕੀ ਹੁੰਦਾ? ਅਸੀਂ ਤੇ ਮਾਨ ਨਾਲ ਕਹਿੰਦੇ ਹਾਂ ਬਈ ਅਸੀਂ ਰੀਤ ਪੜ੍ਹਦੇ ਹਾਂ, ਹਰਜਿੰਦਰ ਸਿੰਘ ਜੀ ਦੀ ਰੀਤਾਂ ਪੜ੍ਹਦੇ ਹਾਂ, ਹਰਜਿੰਦਰ ਸਿੰਘ ਜੀ ਆਪ ਹੋਰ ਵੱਡਿਆਂ ਦੀ ਰੀਤਾਂ ਪੜ੍ਹਦੇ ਆਏ ਨੇ, ਤੇ ਸਾਡਾ ਝਗੜਾ ਇਹ ਰੀਤਾਂ ਦਾ ਹੀ ਪੈ ਗਿਆ। ਮਾਫ ਕਰਨਾ, ਇਹ ਰੀਤਾਂ ਦਾ ਪੈ ਗਿਆ ਵੀ ਤੁਸੀਂ ਇਹ ਸ਼ਬਦ ਪੜ੍ਹਤਾ, ਤੁਸੀਂ ਇਹ ਸ਼ਬਦ ਪੜ੍ਹਤਾ, ਪਰ ਧਿਆਨ ਅਸੀਂ ਦਿੱਤਾ ਨਹੀਂ ਕਿ ਮਹਾਰਾਜ ਨੇ ਸਾਨੂੰ ਕੀ ਸਮਝਾਇਆ। ਸੰਗਤ ਸਭ ਨੂੰ ਪਿਆਰ ਕਰਦੀ ਹੈ, ਤੁਸੀਂ ਇੱਕੋ ਬਰਾਬਰ ਸਭ ਨੂੰ ਪਿਆਰ ਕਰਦੇ ਹੋ, ਸਾਰੇ ਕੀਰਤਨੀਏ ਤੁਹਾਡੇ ਸਦਕੇ ਚੱਲਦੇ ਨੇ, ਸਾਰੇ ਰਾਗੀ ਇੱਕ ਦੂਜੇ ਦੀ ਰੀਤ ਪੜ੍ਹਦੇ ਨੇ। ਮੈਨੂੰ ਮਾਫ਼ ਕਰਨਾ, ਕਿਸੇ ਨੂੰ ਅੱਜ ਕਹਿ ਦਿਓ, ਇੱਥੇ ਬੈਠੇ ਨੇ ਕਈ ਜਾਣੂ, ਕਿਸੇ ਨੂੰ ਕਹਿ ਦਿਓ ਭਾਜੀ ਤੁਸੀਂ ਇਹ ਰੀਤ ਨਹੀਂ ਪੜ੍ਹੀ। ਕਿਉਂ ਨਹੀਂ ਪੜ੍ਹੀ ਜੀ? ਸਾਰੇ ਇੱਕ ਦੂਜੇ ਦੀ ਰੀਤ ਪੜ੍ਹਦੇ ਨੇ ਅਤੇ ਪਿਆਰ ਨਾਲ, ਸ਼ੌਂਕ ਨਾਲ। ਇੱਕ ਨਾ ਛੋਟੇ ਬੱਚੇ ਨੂੰ ਜਦ ਉਤਸ਼ਾਹ ਦੇਣਾ ਹੁੰਦਾ ਨਾ, ਤਾਂ ਤੂੰ ਭਾਵੇਂ ਕੋਈ ਵੀ ਪੜ੍ਹੀ ਜਾ, ਤੂੰ ਅੱਗੇ ਆਉਣਾ ਬਸ। ਅਤੇ ਇੱਦਾਂ ਬੜਾ ਘੱਟ ਦੇਖਣ ਨੂੰ ਮਿਲਿਆ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਨਾ, ਇਹ ਚੀਜ਼ ਦੇਖਣ ਨੂੰ ਨਹੀਂ ਮਿਲਦੀ ਕਿ ਇਹ ਨਹੀਂ ਕਰਨਾ। ਟੋਕਾ ਟਕਾਈ ਬਹੁਤ ਜ਼ਿਆਦਾ ਹੁੰਦੀ ਹੈ, ਇੱਦਾਂ ਨਹੀਂ ਕਰਨਾ, ਇੱਦਾਂ ਚੱਲਣਾ। ਪਰ ਕਹਿੰਦੇ ਨਾ ਵੀ ਜਿਸ ਦਾ ਸਾਹਿਬ ਡਾਡਾ ਹੋਏ, ਉਹ ਆਸਰਾ ਗੁਰੂ ਤੇਗ ਬਹਾਦਰ ਸਾਹਿਬ ਦਾ ਮੈਂ ਲੈ ਲਿਆ, ਬਸ ਹੋਰ ਚਾਹੀਦਾ ਹੀ ਨਹੀਂ ਕੁਛ। ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਆਸਰਾ ਹੈ, ਜਿਹਨੇ ਗੁਰੂ ਦਾ ਆਸਰਾ ਲੈ ਲਿਆ ਨਾ, ਜਿਹਨਾਂ ਪਹਿਲ ਜਿਹੜੀ ਗੁਰੂ ਦੀ ਕਰਤੀ ਨਾ ਆਪਣੇ ਹਿਰਦੇ ਵਿੱਚ, ਪਹਿਲ ਗੁਰੂ ਦੀ ਕਰਤੀ ਗੁਰਮਤ ਦੇ ਅਨੁਸਾਰ, ਸਭ ਤੋਂ ਪਹਿਲ ਗੁਰੂ ਦੀ, ਫਿਰ ਸਾਰੇ ਕੰਮ ਫਿਰ ਗੁਰੂ ਤੇਗ ਬਹਾਦਰ ਸਾਹਿਬ ਆਪ ਆ ਜਾਂਦੇ ਨੇ ਕੰਮ ਸਵਾਰਨ। ਆਖੋ ਸਤਨਾਮ, ਐਸੀ ਕਿਰਪਾ ਗੁਰੂ ਆਪ ਕਰ ਦਿੰਦੇ ਨੇ। ਸੋ ਬੜੀ ਕਿਰਪਾ ਜੀ, ਤੁਸੀਂ ਇੰਨੇ ਪਿਆਰ ਨਾਲ ਸੱਜ ਕੇ ਬੈਠੇ ਹੋ, ਅਤੇ ਬਹੁਤ ਜਾਣੂ ਇੱਥੇ ਸੰਗਤ ਵਿੱਚ ਬੈਠੇ ਨੇ, ਸਾਰਿਆਂ ਦਾ ਬਹੁਤ ਜੀ ਆਇਆ ਨੂੰ, ਕਰਿਓ ਕਿਰਪਾ। ਬਹੁਤ ਆਪ ਜੀਆਂ ਦੇ ਸ਼ਬਦਾਂ ਦੇ ਹੁਕਮ ਹੋਏ ਨੇ, ਇੱਕ ਇੱਕ ਕਰਕੇ ਸ਼ਬਦਾਂ ਦੀ ਹਾਜ਼ਰੀ ਲਾਵਾਂਗੇ, ਕੋਈ ਵੀ ਰਸਨਾ ਵਾਂਝੀ ਨਾ ਜਾਵੇ ਜੀ। ਬਹੁਤ ਪਿਆਰ ਨਾਲ ਆਪ ਜੀਆਂ ਨੇ, ਸਾਰਿਆਂ ਨੇ ਸਤਿਗੁਰੂ ਜੀ ਦੀ ਮਿੱਠੀ ਬਾਣੀ ਨੂੰ ਸਰਵਨ ਕਰਨਾ। ਆਓ ਇੱਕ ਵਾਰੀ, ਮੈਂ ਚਾਹੁੰਦਾ ਕਿ ਭੈਣਾਂ ਦੀ ਆਵਾਜ਼ ਬਹੁਤ ਆ ਰਹੀ ਹੈ, ਉਹ ਘਰ ਵੀ ਤੁਹਾਡੀ ਆਵਾਜ਼ ਨਿਕਲਦੀ ਹੈ, ਇੱਥੇ ਵੀ ਆਵਾਜ਼ ਆ ਰਹੀ, ਅਤੇ ਵੀਰਾਂ ਦੀ ਵੀ ਆਵਾਜ਼ ਆਵੇ ਵੀ ਤੁਹਾਡੀ ਆਵਾਜ਼ ਵੀ ਆਉਣੀ ਚਾਹੀਦੀ ਹੈ, ਆਨੰਦ ਇੱਕ ਵੱਖਰਾ ਬਣ ਜਾਂਦਾ। ਕਰਿਓ ਕਿਰਪਾ ਜੀ, ਨਾ ਤੁਮ ਡੋਲੋ ਨਾ ਰੱਖ ਲੀ ਹਰ ਮੇਰੀ ਪੜੋ ਜੀ, ਹਰ ਮੇਰੀ ਤੂੰ ਮੇਰ ਪਰਵਤ ਸੰਭਵ ਰਹੀ ਮੈਂ ਤੇਰੀ, ਹਾਂ ਤੂੰ ਮੇਰ ਪਰਵਤ ਸੰਭਵ ਹੋ ਗਈ ਮੈਂ।
ਤਰਵੇ ਨਾ ਜਾਨੋ ਮੈਂ ਨਰ ਤੇ
ਸੁਰ ਹੋਏ ਜਾਤ ਨਿਮਖ ਮੈਂ, ਸੁਰ ਹੋਏ ਜਾਤ ਨਿਮਖ ਮੈਂ, ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਸੁਰ ਹੋਏ ਜਾਤ ਨਿਮਖ ਮੈਂ, ਸਤਿਗੁਰ ਬੁੱਧ ਸਿੱਖ ਲਾਈ, ਸਤਿਗੁਰ ਬੁੱਧ ਸਿੱਖ ਲਾਈ, ਨਰ ਤੇ ਉਪਜ ਸੁਰਗ ਕੋ ਜੀਤੇ ਹੋ, ਸੁਰਗ ਕੋ ਨਰ ਤੇ ਉਪਜ ਸੁਰਗ ਸਤਿਗੁਰ ਬੁੱਧ ਸਿੱਖ ਲਾਈ, ਸਤਿਗੁਰ ਬੁੱਧ ਸਿੱਖ ਲਾਈ, ਉਹ ਜਹਾਂ ਜਹਾਂ ਤੂੰ ਨਾਰਦ ਟੇਕੇ,
ਜਹਾਂ ਜਹਾਂ ਤੂੰ ਨਾਨਕ ਟੇਕੇ, ਨੈਕ ਟਿਕਾਵੋ ਮੋਹੇ, ਨੈਕ ਟਿਕਾਵੋ ਮੋਹੇ, ਨੈਕ ਟਿਕਾਵੋ ਮੋਹੇ, ਨੈਕ ਟਿਕਾਵੋ ਮੋਹੇ, ਤੇਰੇ ਨਾਮ ਅਵਲੰਬ ਬਹੁਤ ਜਨ ਉਤਰੇ, ਤੇਰੇ ਨਾਮ ਅਵਲੰਬ ਬਹੁਤ ਜਨ ਉਤਰੇ, ਬਹੁਤ ਜਨ ਉਤਰੇ, ਨਾਮੇ ਕੀ ਨਿਜ ਮਤ ਇਹ, ਨਾਮੇ ਕੀ ਨਿਜ ਮਤ ਇਹ, ਪੜੋ ਮੋਕੋ ਤੋ ਮੋਗੋ ਤਾਰ ਲੈ ਰਾਮਾ ਤਾਰ ਲੈ ਮੋਗ
ਜੇ ਸਤਿਗੁਰੂ ਸੁਣਦਾ ਨਹੀਂ ਨਾ ਤੇ ਹੋਰ ਗੱਜ ਕੇ ਬੁਲਾਓ ਕਰਿਓ ਕਿਰਪਾ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਹੁਣ ਪਤਾ ਕੀ ਬੋਲਣਾ ਜੀ
ਮੁੱਕ ਉਤਾਰ ਲੈ ਰਮ ਤਾਰ ਲੈ ਅਰਦਾਸ ਕਰਨੀ ਹੈ ਜੀ ਕਰੋ ਕਰੋ ਮੁੱਕ ਉਤਾਰ ਲੈ ਰਮ ਤਾਰ ਲੈ ਮੁਕਤਾਰ ਲੈ ਰਮ ਤਾਰ ਬੋਲੋ ਅੱਖਾਂ ਬੰਦ ਕਰ ਲੋ ਸਾਰੇ ਕਰੋ ਕਿਰਪਾ ਜੀ
ਬੋਲੋ ਮੇਰੇ ਵੀਰ ਬਹਾਦਰ ਬਹਾਦਰ ਸਾਹਿਬ ਵਾਹਿਗੁਰੂ ਮੁਕਤਾਰ ਲੈ ਆਹ
ਮਨੁੱਖ ਦੇ ਪਾਈ ਹੈ, ਮਨੁੱਖ ਦੇ ਪਾਈ ਹੈ, ਮਨੁੱਖ ਦੇ ਪਾਈ ਹੈ, ਦੇਹੋ ਤਰਸ ਹਰ ਰਾਇਆ ਤੁਮਰੀ ਕਿਰਪਾ ਤੇ। ਮਨੁੱਖ ਦੇ ਪਾਈ ਹੈ, ਮਨੁੱਖ ਦੇ ਪਾਈ ਹੈ, ਮਨੁੱਖ ਦੇ ਪਾਈ ਹੈ, ਮਨੁੱਖ ਦੇ ਪਾਈ ਹੈ, ਦੇਹੋ ਤਰਸ ਹਰ ਰਾਇਆ ਮਨੁੱਖ ਦੇ ਪਾਈ ਹੈ, ਮਨੁੱਖ ਦੇ ਪਾਈ ਹੈ, ਮਨੁੱਖ ਦੇ ਪਾਈ ਹੈ, ਮਨੁੱਖ ਦੇ ਪਾਈ ਹੈ, ਓ ਦੇਹੋ ਤਰਸ ਹਰ ਰਾਇਆ ਮਿਲੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਜੀਆ, ਮਿਲੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਜੀਆ, ਮਿਲੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਜੀਆ, ਅਨਕ ਜਨਮ ਬਹੁ ਜੋਨੀ ਭ੍ਰਮਿਆ, ਬਹੁ ਜੋਨੀ ਭ੍ਰਮਿਆ, ਬਹਰ ਬਹਰ ਗੋਗ ਪਾਇਆ, ਹੋ ਬਹਰ ਬਹਰ ਗੋਗ ਪਾਇਆ, ਅਵਰ ਨ ਕਿਨਹੀ ਕੀਤਾ, ਅਵਰ ਨ ਕਿਨਹੀ ਕੀਤਾ, ਤੁਮਰੇ ਭਾਣੇ ਭਰਮ ਮੋ ਮਨੁੱਖ ਦੇ ਪਾਈ ਹੈ, ਮਨੁੱਖ ਦੇ ਪਾਈ ਹੈ, ਮਨੁੱਖ ਪਾਈ
ਦੇ ਹੋ ਦਰਸ ਹਰ ਰਾਇਆ ਪਾਈ ਹੈ ਮਾਲਕ ਦੇ ਪਾਈ ਹੈ ਦੇ ਹੋ ਦਰਸ ਹਰ ਰਾਇਆ ਅਰਦਾਸ ਕਰੋ ਜੀ ਰਾਖ ਲੈ ਹੋ ਮੇਰੇ ਵੀਰ ਬੋਲਣ ਦੀ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜਦੋਂ ਸਤ ਉਹ ਸਤ ਨਾਮ ਵਾਹਿਗੁਰੂ ਸਤ ਨਥੇ ਕਲ ਪ੍ਰਤ ਪਾਲਾ ਨਥੇ ਕਲ ਪ੍ਰਤ ਪਾਲਾ ਜ
ਜਿਸਨੂੰ ਤੁਮੈਂ ਦਿਖਾਇਓ ਦਰਸਾਂ, ਸਾਧ ਸੰਗਤ ਕਹਿ ਪਾਛੈ, ਸਾਧ ਸੰਗਤ ਕਹਿ ਪਾਛੈ, ਸਾਧ ਸੰਗਤ ਕਹਿ ਪਾਛੈ, ਸਾਧ ਸੰਗਤ ਕਹਿ ਪਾਛੈ, ਜਿਸ ਨੂੰ ਤੁਮੈਂ ਦਿਖਾਇਓ ਦਰਸਾਂ, ਸਾਧ ਸੰਗਤ ਕਹਿ ਪਾਛੈ, ਮਾਨੁਖ ਦੇ ਪਾਈ ਹੈ, ਮਾਨੁਖ ਦੇ ਪਾਈ ਹੈ, ਹੋ ਦੇ ਹੋ ਦਰਸ ਹਰ ਰਾਇਆ, ਤੁਮਰੀ ਕਿਰਪਾ ਤੇ, ਤੁਮਰੀ ਕਿਰਪਾ, ਤੁਮਰੀ ਕਿਰਪਾ ਤੇ, ਤੁਮਰੀ ਕਿਰਪਾ ਤੇ, ਮਾਨੁਖ ਦੇ ਭਾਈ ਹੈ, ਦੇਹੋ ਦਰਸ ਹਰ ਹੋਰ ਗੱਜ ਕੇ ਜੀ, ਤੁਮ ਸਤ ਨਾਮ ਵਾਹਿਗੁਰੂ, 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 ਸੰਗਤ ਬੋਲੋ, ਵਾਹਿਗੁਰੂ, 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 ਮਾਨੁਖ ਦੇ ਪਾਈ ਹੈ, ਮਾਨੁਖ ਦੇ ਪਾਈ ਹੈ, ਦੇਹੋ ਦਰਸ ਹਰ ਤੁਮਰੀ ਆ
ਮਾਨੁਖ ਦੇ ਪਾਈ ਹੈ ਦੇਹੋ ਦਰਸ ਹਰ ਰਾਇਆ ਤੁਮਰੀ ਕਿਰਪਾ ਤੇ ਤੁਮਰੀ ਕਿਰਪਾ ਵਾਹ ਵਾਹ ਪੜੋ ਵਾਹਿਗੁਰੂ ਵਾਹਿਗੁਰੂ ਜਪੋ ਜੀ ਵਾਹਿਗੁਰੂ ਵਾਹਿਗੁਰੂ ਵਾਹਿ ਜੇ ਏਦਾਂ ਕਰੋਗੇ ਫਿਰ ਮੈਂ ਸਮਾਪਤੀ ਨਹੀਂ ਕਰਨੀ। ਇੰਨਾ ਪਿਆਰ ਤੁਸੀਂ ਦਿਖਾ ਰਹੇ ਹੋ ਨਾ ਅੱਜ ਭਾਜੀ, ਸਮਾਪਤੀ ਨਹੀਂ ਕਰਨੀ ਹੁਣ ਜਦ ਤੱਕ ਮੇਰਾ ਮਨ ਹੈ ਮੈਂ ਕੀਰਤਨ ਕਰਾਂਗਾ। ਠੀਕ ਹੈ ਜੀ, ਆਗਿਆ ਹੈ ਜੀ। ਵਾਹ ਵਾਹ, ਸੰਗਤ ਜਿਹੜੀ ਖੜੀ ਹੈ ਨਾ ਥੋੜ੍ਹਾ ਜਿਹਾ ਅੱਗੇ ਅੱਗੇ ਹੋ ਜਾਓ, ਵੀ ਸਾਰੇ ਬਹਿ ਜਾਣ। ਮੈਂ ਚਾਹੁੰਦਾ ਸਾਰੇ ਹੀ ਬਹਿ ਜਾਓ, ਥੋੜ੍ਹਾ ਥੋੜ੍ਹਾ ਅੱਗੇ ਆ ਜਾਓ, ਇੱਥੇ ਜਗ੍ਹਾ ਹੈਗੀ ਹੈ, ਨਹੀਂ ਤਾਂ ਸਟੇਜ 'ਤੇ ਆ ਜਾਓ। ਕਰਿਓ ਕਿਰਪਾ ਜੀ, ਜਿਹੜੀ ਸੰਗਤ ਖੜੀ ਹੈ ਆਪ ਜੀ ਵੀ ਬਹਿ ਜਾਓ, ਉਹ ਵੀ ਆਨੰਦ ਲੈ ਲੈਣਗੇ। ਸਤਿਗੁਰੂ ਦੀ ਬਾਣੀ ਦਾ ਆਨੰਦ ਹੀ ਬਹੁਤ ਵੱਖਰਾ ਹੈ ਜੀ। ਕਰਿਓ ਕਿਰਪਾ ਜੀ ਸਾਰੇ। ਇਹ ਜਨਮ ਬਹੁਤ ਜਨਮ ਪਿਛਦੇ ਥੇ ਮਾਰੋ, ਮਾਰੋ ਧੰਨ ਗੁਰ ਤੇ ਬਹਾਦਰ ਸਾਏ, ਧੰਨ ਗੁਰ ਤੇ ਬਹਾਦਰ ਸਾਏ, ਬੜਾ ਪਿਆਰੇ ਧੰਨ ਗੁਰ ਤੇ ਬਹਾਦਰ ਸਾਏ, ਧੰਨ ਗੁਰ ਤੇ ਬਹਾਦਰ ਸਾਏ,
ਬਹੁਤ ਜਨਮ ਪਿਛਦੇ ਤੇ ਮਾਗੋ ਪਿਛਦੇ ਤੇ ਮਾਗੋ ਇਹ ਜਨਮ ਤੁਮਾਰੇ ਇਹ ਜਨਮ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਜੀ ਧੰਨ ਗੁਰ ਤੇਗ ਬਹਾਦਰ ਸਾਏ ਧੰਨ ਗੁਰ ਤੇਗ ਬਹਾਦਰ ਸਾਹਿਬ ਧੰਨ ਗੁਰ ਤੇਗ ਬਹਾਦਰ ਕੇਵਲ ਸੰਗਤ ਬੋਲੇਗੀ ਜੀ ਬਹੁਤ ਜਨਮ ਪਿਛਦੇ ਤੇ ਮਾਧੋ ਪਿਛਦੇ ਤੇ ਮਾਧੋ ਜਨਮ ਤੁਮਾਰਾ ਹਮ ਸਰਦੀ ਅਬ ਪਤਿਆਰ ਕਿਆ ਕੀਜੇ ਬਚਨੀ ਤੋ ਮਾਰ ਮਾਨੇ ਬਚ ਮਾਰ ਮਨ ਮਾਨੇ ਜਲ ਜਨ ਕੋ ਪੂਰਨ ਦੀਜੇ ਹੋ
ਬਹੁਤ ਜਨਮ ਬਿਛੜੇ ਤੇ ਮਾਰੋ ਬਹੁਤ ਜਨਮ ਬਿਛੜੇ ਤੇ ਮਾਰੋ ਜਨਮ ਤੁਮਾਰੇ ਲੇਖੇ ਏ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਏ ਜਨਮ ਤੁਮਾਰੇ ਲੇਖੇ ਏ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਏ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਵਾਹਿਗੁਰੂ ਵਾਹਿਗੁਰੂ ਵਾਹਿ ਵਾਹ
ਰੱਬ ਪਰਵਾਨ ਚੜਾਵੇ ਸਭ ਪਰਿਵਾਰ ਸੁਭਾਵੇ ਹੁਕਮ ਮਨਾਵੇ ਹੁਕਮ ਮਨਾਵੇ ਉਹ ਇਸ ਵੇੜੇ ਰਾਮ ਜਪੋ ਜੀ 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 ਹੋ ਰਾਮ ਜਪੋ ਜੀ ਐਸੇ ਹੋ ਰਾਮ ਜਪੋ ਜੀ 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 ਗੱਜ ਕੇ ਰਾਮ ਜਪੋ ਜੀ ਰਾਮ ਜਪੋ ਜੀ ਜਪੋ ਜੀ ਰਾਮ ਜਪੋ ਜੀ ਰਾਮ ਜਪੋ ਜੀ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਧਰੂ ਪ੍ਰਹਿਲਾਦ ਜਪਿਓ ਹਰ ਰਾਮ ਜਪੋ ਐਸੇ ਐਸੇ ਕਿਸਾਨ ਨਾ
ਵੱਲੋਂ ਸਾ ਹੁਣੇ ਵੀ ਆਵਾਜ਼ ਨਹੀਂ ਆਈ ਕਰਿਓ ਕਿਰਪਾ ਨਾਮ 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 ਰਾਮ ਜਪੋ ਜੀ 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 ਐਸੇ ਐਸੇ ਰਾਮ ਜਪੋ ਜੀ ਐਸੇ ਐਸੇ ਰਾਮ ਜਪੋ ਜੀ ਐਸੇ 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 ਤੁਸੀਂ ਬੋਲਣਾ ਰਾਮ ਜਪੋ ਜੀ ਅਸੀਂ ਬੋਲਾਂਗੇ ਐਸੇ ਐਸੇ ਕਰਿਓ ਕਿਰਪਾ ਜੀ ਐਸੇ ਐਸੇ ਰਾਮ ਐਸੇ 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 ਤੁਰਕੀ ਬਾਣੀ ਜਪਣੀ ਹੈ ਨਾ ਗੱਜ ਕੇ ਜਪੀਏ ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਪਹੁੰਚ ਜਾਂਦੀ ਹੈ ਆਖੋ ਸਤਨਾਮ ਹੋਰ ਗੱਜ ਕੇ ਬੋਲੀਏ ਜਿੰਨੀ ਕੋ ਰਸਨਾ ਜਿੰਨੀ ਕੋ ਆਵਾਜ਼ ਉੱਚੀ ਜਾਂਦੀ ਹੈ ਨਾ ਕਿਸੇ ਨੂੰ ਬੁਲਾਉਂਦੇ ਹਾਂ ਉਵੇਂ ਸਤਿਗੁਰੂ ਨੂੰ ਬੁਲਾਓ ਕਿ ਸਾਡੀ ਆਵਾਜ਼ ਜਿਹੜੀ ਹੈ ਸੁਣ ਲਵੇ ਕਰਿਓ ਕਿਰਪਾ ਐਸੇ 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 ਓ ਐਸੇ ਐਸੇ ਓ ਐਸੇ 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 ਦੀ ਬਾਹ 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 ਜਪੋ ਜੀ ਐਸੇ ਐਸੇ
ਐਸੇ ਐਸੇ ਐਸੇ ਐਸੇ ਐਸੇ ਐਸੇ ਐਸੇ ਐਸੇ ਐਸੇ ਐਸੇ ਐਸੇ ਐਸੇ ਐਸੇ ਐਸੇ ਐਸੇ ਵਾਹਿਗੁਰੂ 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 ਕੋਈ ਬਾਤ ਸੁਣਾਵੇ ਕੋਈ ਬਾਤ ਸਭ ਸਿੱਖਣ ਕਾ ਸਭ ਸਿੱਖ ਗੁਰੂ ਮੰਨਿਓ ਗੁਰੂ ਮੰਨਿਓ ਗੁਰੂ ਮੰਨਿਓ ਗੁਰੂ ਮੰਨਿਓ ਜੀ ਬੋਲੇ ਸੋ ਨਿਹਾਲ
ਗੱਜ ਕੇ ਆਵਾਜ਼ ਆਵੇ, ਆਨੰਦ ਆ ਜਾਵੇ ਇੱਕ ਵਾਰੀ, ਕਰਿਓ ਕਿਰਪਾ। ਸੰਗਤ ਬੋਲੋ ਜੀ, ਕੋਈ ਵਾਹਿਗੁਰੂ 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 ਐਸੇ ਬੋਲੋ ਜੀ, ਸ੍ਰੀ ਹਰ ਕ੍ਰਿਸ਼ਨ ਜਦ ਗੁਰੂ ਰਾਮਦਾਸ ਜੀ ਨਗਰੀ ਜਾਂਦੇ ਹਨ, ਅੰਮ੍ਰਿਤ ਵੇਲੇ ਜਦ ਕਿਵਾੜ ਖੋਲ੍ਹਣੇ ਹੁੰਦੇ ਨੇ ਤੇ ਨਿਤਨੇਮ ਚੱਲ ਰਿਹਾ ਹੁੰਦਾ, ਪਰ ਸੰਗਤ ਨਾ ਇੱਕ ਜਾਪ ਕਰਦੀ ਹੈ ਅੰਮ੍ਰਿਤ ਵੇਲੇ, ਤੇ ਜੇ ਉਹ ਮਹਿਸੂਸ ਕਰਨਾ ਤਾਂ ਸਾਰੇ ਇੱਕ ਵਾਰੀ ਅੱਖਾਂ ਬੰਦ ਕਰ ਲਓ, ਕਰਿਓ ਕਿਰਪਾ। ਉਹ ਜਾਪ ਗੁਰਮੰਤਰ ਦਾ ਮਹਿਸੂਸ ਆਪਣੇ ਆਪ ਹੋ ਜਾਏਗਾ ਕਿ ਗੁਰੂ ਰਾਮਦਾਸ ਜੀ ਤੇਰੀ ਨਗਰੀ ਆਏ ਆ, ਤੂੰ ਆਪਣੀ ਕਿਰਪਾ ਬਣਾਈ ਰੱਖ, ਤਰਸ ਕਰ, ਕਰਿਓ ਕਿਰਪਾ ਜੀ। ਉਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਪੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਫਿਰ ਨਾ ਫਿਰ ਉੱਚੀ ਉੱਚੀ ਕੂਕਾਂ ਮਾਰਦੇ ਹੋਏ ਕਰਿਓ ਕਿਰਪਾ ਜੀ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬੋਲੋ ਪਿਆਰਿਓ, ਸਤਨਾਮ ਵਾਹਿਗੁਰੂ
ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ, ਧੰਨ ਧੰਨ ਬਾਬਾ, ਧੰਨ ਧੰਨ ਬਾਬਾ, ਧੰਨ ਧੰਨ ਬਾਬਾ ਜੀ ਸਤਨਾਮ। ਜਨਮ ਤੁਮਾਰ ਲੇਖੇ ਬਹੁਤ ਬਿਛੜੇ ਮਾਦੋ, ਬਹੁਤ ਬਿਛੜੇ ਥੇ ਮਾਦੋ, ਬੋਲੋ ਪਿਆਰੇ, ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ, ਜਨਮ ਤੁਮਾਰੇ, ਇਹ ਧੰਨ ਗੁਰ ਤੇਗ ਬਹਾਦਰ ਸਾਹਿਬ, ਧੰਨ ਗੁਰ ਤੇਗ ਬਹਾਦਰ, ਕਰੋ ਕਿਰਪਾ ਬਹੁਤ ਜਨਮ ਬਿਛੜੇ ਥੇ ਮਾਦੋ, ਇਹ ਜਨਮ ਤੁਮਾਰੇ, ਇਹ ਜਨਮ ਤੁਮਾਰੇ ਲੇਖੇ ਰਾਜ ਆ ਹੀ ਨਹੀਂ ਰਿਹਾ। ਹਾਂਜੀ, ਇੱਛਾ ਹੀ ਨਹੀਂ ਕਰ ਰਹੀ ਸਮਾਪਤੀ ਕਰਨ ਦੀ। ਭਾਈ ਸਾਹਿਬ, ਸੇਵਾ ਨਹੀਂ ਲੈਣੀ ਮੈਂ, ਇਹ ਸੇਵਾ ਨਹੀਂ ਲੈਣੀ ਜੀ, ਇਹਦੇ ਹੱਕਦਾਰ ਨਹੀਂ ਆ। ਅਸੀਂ ਸੰਗਤ ਦੀਆਂ ਅਸੀਸਾਂ ਲੈ ਲਈਆਂ, ਇੰਨੀ ਵੱਡੀ ਸੇਵਾ ਮਿਲ ਗਈ, ਹੋਰ ਕੀ ਚਾਹੀਦਾ। ਇਹ ਸਾਡੀ ਸੇਵਾ ਗੋਲਕ ਚ ਪਾ ਦਿਓ। ਅਸੀਂ ਇਹ ਹਮੇਸ਼ਾ ਨਾ ਹਮੇਸ਼ਾ ਪਤਾ ਕੀ ਕਹਿੰਦੇ ਹਾਂ ਵੀ ਸੰਗਤ ਦੇ ਦੇਣਦਾਰ ਹਾਂ, ਸੰਗਤ ਤੋਂ ਲੈ ਨਹੀਂ ਸਕਦੇ। ਤੁਸੀਂ ਸਾਨੂੰ ਕੁਝ ਦੇ ਦਿਓ, ਬਸ ਅਸੀਸਾਂ ਦੇ ਦਿਓ, ਤੁਸੀਂ ਗਾ ਲਿਆ, ਬਸ ਉਹ ਪ੍ਰਵਾਨਗੀ ਹੋ ਗਈ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ। ਮਾਫ਼ ਕਰਿਓ, ਇਹ ਗੁਰੂ ਦੀ ਵਡਿਆਈ ਹੈ। ਇੱਕ ਸਮਾਂ ਐਸਾ ਹੁੰਦਾ ਸੀ
ਕਿ ਜਦ ਸ਼ੁਰੂਆਤ ਕੀਤੀ ਸੀ ਨਾ ਮੇਰੇ ਮੈਡਮ ਜੀ ਬੈਠੇ ਹੋਏ ਨੇ ਇੱਥੇ, ਗਾਂਧੀ ਮੈਮ ਬੈਠੇ ਹੋਏ ਨੇ, ਇਹਨਾਂ ਨੂੰ ਪਤਾ ਜਦ ਸ਼ੁਰੂਆਤ ਕੀਤੀ ਸੀ ਨਾ ਤੇ ਗੁਰਦੁਆਰੇ ਸਾਹਿਬ ਦੇ ਵਿੱਚ ਗ੍ਰੰਥੀ ਜੀ ਤੋਂ ਇਲਾਵਾ ਕੋਈ ਹੁੰਦਾ ਹੀ ਨਹੀਂ ਸੀ ਤੇ ਜਾ ਕੇ ਕੀਰਤਨ ਕਰਨਾ। ਪਰ ਕਿਸੇ ਨੇ ਸਿਖਾਇਆ ਸੀ ਕਿ ਬਈ ਗੁਰੂ ਲਈ ਕੀਰਤਨ ਹੈ, ਗੁਰੂ ਨੂੰ ਸੁਣਾਉਣਾ। ਪਰ ਗੁਰੂ ਨੇ ਐਸੀ ਵਡਿਆਈ, ਦੇਖੋ ਇਹ ਤੇ ਗੁਰੂ ਨਾਨਕ ਦੀ ਵਡਿਆਈ ਹੈ, ਮਹਾਰਾਜ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਗੁਰੂ ਨਾਨਕ ਦੇ ਤੁਹਾਡੇ ਵਿੱਚ ਵੱਸਦਾ ਤੇ ਤੁਸੀਂ ਇੰਨੀ ਅਸੀਸਾਂ ਇੰਨੀ ਕਿਰਪਾ ਕਰਦੇ ਹੋ, ਸਾਡੀ ਕੀ ਔਕਾਤ ਹੈ ਅਸੀਂ ਤੁਹਾਡੇ ਤੋਂ ਸੇਵਾ ਲੈ ਲਈਏ। ਗੁਰੂ ਕਿਰਪਾ ਕਰੇ, ਪ੍ਰੋਗਰਾਮ ਨਿਸ਼ਕਾਮ ਕਰਾਂਗੇ। ਬਸ ਜਿਹੜੀ ਸੇਵਾ ਤੁਸੀਂ ਦਿੱਤੀ ਨਾ, ਇਹ ਸਭ ਤੋਂ ਉੱਚੀ ਸੇਵਾ ਹੈ, ਇਹ ਸਭ ਤੋਂ ਉੱਚੀ ਸੇਵਾ। ਜਿਹੜਾ ਸੰਗਤ ਦਾ ਪਿਆਰ ਹੈ ਨਾ, ਉਹਦਾ ਕੋਈ ਮੁੱਲ ਨਹੀਂ ਹੈ। ਇੱਕ ਸੰਗਤ ਲਈ ਜਕਾਰਾ ਗੱਜ ਕੇ ਛੱਡੋ ਜੀ, ਕੋਈ ਵੀ ਰਸਨਾ ਮਾਂਜੀ ਨਾ ਜਾਏ। ਵਾਹ ਵਾਹ, ਤੁਹਾਡੇ ਸਦਕੇ ਚੱਲਦੇ ਹਾਂ, ਤੁਹਾਡੀਆਂ ਸੀਸਾਂ ਨਾਲ ਚੱਲਦੇ ਹਾਂ। ਤੁਸੀਂ ਕੀਰਤਨ ਕਰਾ ਲੈਂਦੇ ਹੋ ਤੇ ਕਰ ਲੈਂਦੇ ਹਾਂ, ਨਹੀਂ ਤੇ ਸਾਡੀ ਕੋਈ ਔਕਾਤ ਨਹੀਂ, ਇਸ ਸਟੇਜ ਤੇ ਬੈਠਣ ਦੇ ਲਾਇਕ ਨਹੀਂ ਆ। ਇਹ ਤੁਸੀਂ ਕਿਰਪਾ ਕੀਤੀ ਹੈ, ਅਸੀਸਾਂ ਦਿੱਤੀਆਂ ਨੇ ਤੇ ਅਸੀਂ ਇੱਥੇ ਬਹਿੰਦੇ ਹਾਂ ਤੇ ਗੁਰੂ ਕਿਰਪਾ ਬਣਾਈ ਰੱਖੇ। ਬਸ ਸਾਡੇ ਲਈ ਅਰਦਾਸ ਜ਼ਰੂਰ ਕਰਿਓ ਕਿ ਕੀਰਤਨ ਕਰਦਿਆਂ ਕਰਦਿਆਂ ਹੀ ਸਵਾਸ ਮੁੱਕ ਜਾਂਦਾ, ਕੀਰਤਨ ਕਰਦਿਆਂ ਕਰਦਿਆਂ ਹੀ। ਬਸ ਗੁਰੂ ਰਹਿਮਤ ਤੇ ਗੁਰੂ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ। ਆਓ ਜੀ, ਆਪ ਜੀ ਦਾ ਸਭ ਤੋਂ ਕਹਿ ਲਓ ਸੰਗਤ ਦਾ ਪਿਆਰਾ ਸ਼ਬਦ, ਪ੍ਰਭ ਜੀਓ ਬੁਰੇ ਭਲੇ ਕਰਿਓ ਕਰਿਓ। ਪ੍ਰਭ ਜੀਓ, ਪ੍ਰਭ ਜੀਓ, ਪ੍ਰਭ ਜੀਓ, ਪ੍ਰਭ ਜੀਓ, ਬੜੋ ਪਿਆਰੇ ਹੋ। ਪ੍ਰਭ ਜੀਓ, ਪ੍ਰਭ ਜੀਓ, ਪ੍ਰਭ ਜੀਓ, ਪ੍ਰਭ ਜੀਓ, ਸੁਣਾ ਪ੍ਰਭ ਜੀਓ, 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 ਪ੍ਰਭ ਜੀਓ। ਪੜੋ ਜੀ, ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ। ਖਸਮਾਨਾ ਕਰ ਪਿਆਰੇ, ਖਸਮਾਨਾ ਕਰ ਪਿਆਰੇ, ਖਸਮਾਨਾ ਕਰ ਪਿਆਰੇ, ਖਸਮਾਨਾ ਕਰ ਪਿਆਰੇ। ਸੁਣੋ ਬੇਨਤੀ ਠਾਕੁਰ ਮੇਰੇ ਜੀ ਜਲ ਸਿਰ ਤਾਰੇ,
ਲੱਖ ਪੈਜ ਨਾਮ ਆਪਣੇ ਕੀ ਕਰਮ ਕਰਾਵਣ ਹਾਰੇ ਕਰਮ ਕਰਾਵਣ ਬੋਲੋ ਪਿਆਰੇ ਹੋ ਪ੍ਰਭ ਸੰਗਤ ਬੋਲੋ ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟ ਸਵਾਰੇ ਬੰਧਨ ਕਾਟ ਸਵਾਰੇ ਪੜੋ ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟ ਸਵਾਰੇ ਬੰਧਨ ਕਾਟ ਸਵਾਰੇ ਪਹਿਰ ਸਿਰ ਪਾਵ ਸੇਵਕ ਜਾਨ ਵੇਲੇ ਨਾਨਕ ਪ੍ਰਗਟ ਪਹਾਰੇ ਨਾਨਕ ਪ੍ਰਗਟ ਸਾਤ ਨਾਮ ਸਤਿਨਾਮ ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਜੀ ਸਾਤ ਨਾਮ ਸਤਿਨਾਮ ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਜੀ ਸਾਤ
ਜੀਓ ਰੱਬ ਜੀਓ ਰੱਬ ਜੀਓ ਰੱਬ ਜੀਓ ਰੱਬ ਜੀਓ ਰੱਬ ਜੀਓ ਰੱਬ ਜੀਓ ਖਸਮਾ ਨਾ ਕਰ ਪਿਆਰੇ ਪ੍ਰਭ ਜੀਓ ਪ੍ਰਭ ਜੀਓ ਪ੍ਰਭ ਜੀਓ ਪ੍ਰਭ ਜੀਓ ਖਸਮਾ ਪਿਆਰੀ ਖਸਮਾ ਖਸਮਾ ਪਿਆਰੀ ਖਸਮਾ ਨਾ ਕਰ ਪਿਆਰੇ ਖਸਮਾ ਨਾ ਕਰ ਪਿਆਰੇ ਖਸਮਾ ਨਾ ਕਰ ਪਿਆਰੇ ਸ੍ਰੀ ਵਾਹਿਗੁਰੂ ਸਤਿ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਸੀਂ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਬਬੀਹਾ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਸ਼ਬਦ ਕੀਰਤਨ ਸ਼ਰਵਣ ਕਰ ਰਹੇ ਸੀ ਕਿ ਉਹਨਾਂ ਦਾ ਸ਼ਬਦ ਸ਼ਰਵਣ ਜਿਹੜਾ ਕੀਤਾ ਸ਼ਬਦ ਬਹੁਤ ਹੀ ਉੱਚਾ ਅਤੇ ਸੁਚੱਜਾ ਇਹੋ ਜਿਹਾ ਮਾਹੌਲ ਬੜੇ ਮਹੀਨਿਆਂ ਦੇ ਬਾਅਦ ਸਾਡੇ ਇਸ ਗੁਰਦੁਆਰਾ ਵਿਖੇ ਹੋਇਆ ਹੈ ਅਤੇ ਅਸੀਂ ਬਬੀਹਾ ਸਾਹਿਬ ਨੂੰ ਹੱਥ ਜੋੜ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਸੱਦਾ ਜਾਏਗਾ ਇਹ ਫਿਰ ਦਰਸ਼ਨ ਦੇਣਗੇ ਅਤੇ ਨਾਲ ਹੀ ਬੇਨਤੀ ਹੈ ਬਬੀਹਾ ਸਾਹਿਬ ਨੂੰ ਕਿ ਛੋਟੀ ਜਿਹੀ ਸੇਵਾ ਕਬੂਲ ਕਰਨ ਬਹੁਤ ਆਪ ਜੀ ਦਾ ਬਹੁਤ ਬਹੁਤ ਮਿਹਰਬਾਨੀ ਹੋਏਗੀ ਪਲੀਜ਼ ਹੱਥ ਜੋੜ ਬੇਨਤੀ ਹੈ ਪ੍ਰਬੰਧਕ ਕਮੇਟੀ ਵੱਲੋਂ ਵੱਲੋਂ ਪਲੀਜ਼ ਸੇਵਾ ਛੋਟੀ ਜੀ ਕਬੂਲ ਉਸ ਤੋਂ ਵੱਡੀ ਸੇਵਾ ਤੁਸੀਂ ਦੇ ਦਿੱਤੀ ਵਾਹਿਗੁਰੂ ਜੀ ਵਾਹਿਗੁਰੂ ਸੰਗਤ ਦਾ ਪਿਆਰ ਤੇ ਸਭ ਤੋਂ ਉੱਚਾ ਸੋਚਿਆ ਪਿਆਰ ਇਹ ਵੀ ਪਿਆਰ ਸਮਝ ਕੇ ਲੈ ਲਓ ਵਾਹਿਗੁਰੂ ਇਹ ਵੀ ਪਿਆਰ ਸਮਝ ਕੇ ਲੈ ਲਓ ਵਾਹਿਗੁਰੂ ਇੱਕ ਵਾਰੀ ਫਿਰ
ਪ੍ਰਬੰਧਕ ਕਮੇਟੀ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਬਸ ਇੱਕ ਮੈਂ ਬੇਨਤੀ ਕਰਾਂ ਜੀ ਕਿ ਗੁਰੂ ਕਿਰਪਾ ਕਰੇ, ਤਰਸ ਕਰੇ ਵੀ ਪਿਛਲੇ ਕੁ ਦਿਨ ਪ੍ਰੇਮ ਨਗਰ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੀ ਸੀ, ਧਿਆਨ ਦੇਣਾ। ਸੋ ਸੰਗਤ ਨੂੰ ਬੇਨਤੀ ਕਰਕੇ ਆਏ ਸੀ ਕਿ ਬਈ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ ਕਿ 2 ਜਾਂ 3 ਮਹੀਨੇ ਦੇ ਵਿੱਚ ਨਾ ਇੱਕ ਨਾਮ ਸਿਮਰਨ ਸਮਾਗਮ ਜਾਂ ਨਾਮ ਅਭਿਆਸ ਸਮਾਗਮ ਅੰਮ੍ਰਿਤ ਵੇਲੇ ਦੇ ਰੱਖਿਆ ਜਾਵੇ। ਸੋ ਉਹ ਪ੍ਰੇਮ ਨਗਰ ਦੀ ਸੰਗਤ ਨੇ ਅਤੇ ਉਹ ਪ੍ਰਬੰਧਕਾਂ ਨੇ ਸਾਡੀ ਜਿਹੜੀ ਬੇਨਤੀ ਹੈ, ਅਸੀਂ ਆਪ ਬੋਲਿਆ, ਸੋ ਉਹ ਬੇਨਤੀ ਉਹਨਾਂ ਨੇ ਕਬੂਲ ਕੀਤੀ ਹੈ। ਮਿਤੀ 28 ਅਪ੍ਰੈਲ ਨੂੰ ਆਉਣ ਵਾਲੀ ਅੰਮ੍ਰਿਤ ਵੇਲੇ 5 ਤੋਂ 7 ਨਾਮ ਅਭਿਆਸ ਸਮਾਗਮ, ਅਤੇ ਗੁਰੂ ਕਿਰਪਾ ਕਰੇ ਜਿੰਨੀ ਕੁ ਸੰਗਤ ਆਪ ਜੀ ਆਏ ਹੋ, ਆਪ ਜੀਆਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀ। ਜਿਹੜਾ ਕੀਰਤਨੀਆਂ ਦੇ ਅੰਦਰ ਜੋਸ਼ ਤਾਂ ਪੈਦਾ ਹੁੰਦਾ ਕਿ ਜਦ ਸੰਗਤ ਨਾਲ ਜਪਦੀ ਹੈ, ਸੰਗਤ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਸੋ ਗੁਰੂ ਕਿਰਪਾ ਕਰੇ, ਇਹ ਕੋਸ਼ਿਸ਼ ਕੀਤੀ ਹੈ ਦਾਸਾਂ ਵੱਲੋਂ, ਆਪ ਜੀ ਕਬੂਲ ਕਰਿਓ। ਜੇ ਤਾਂ ਸਾਰਿਆਂ ਨੇ ਆਉਣਾ ਤਾਂ ਇੱਕ ਜੈਕਾਰਾ ਲਾ ਦਿਓ। ਵਾਹ ਵਾਹ, ਗੁਰੂ ਦੀ ਹਜ਼ੂਰੀ ਦੇ ਵਿੱਚ ਕਬੂਲ ਕੀਤਾ ਆਪ ਜੀਆਂ ਨੇ, ਤਾਂ ਆਉਣਾ ਬਹੁਤ ਜ਼ਰੂਰੀ ਹੈ। ਹਾਂਜੀ, ਇਹ ਕਬੂਲ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ 'ਤੇ, ਹੈ ਨਾ, ਉਹਨਾਂ ਦੇ ਚਰਨਾਂ 'ਤੇ। ਆਉਣ ਵਾਲੀ ਮਿਤੀ 28 ਅਪ੍ਰੈਲ ਨੂੰ ਸਾਡੇ ਸਾਰੇ ਸੋਸ਼ਲ ਮੀਡੀਆ ਹੈਂਡਲ ਦੇ ਵਿੱਚ ਉਹ ਸਾਰਾ ਜਿਹੜਾ ਅਪਡੇਟ ਹੈ ਉਹ ਪੈ ਜਾਏਗਾ। ਬਾਕੀ ਸ਼ੁਕਰਾਨਾ ਹੈ GSPS ਵਾਲਿਆਂ ਦਾ, ਲਾਈਵ ਚੈਨਲ ਦਾ, ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਲਾਈਵ ਕਰਦੇ ਨੇ ਸੰਗਤਾਂ ਔਨਲਾਈਨ, 2000-3000 ਸੰਗਤ ਔਨਲਾਈਨ ਦੇਖਦੀ ਹੈ। ਸੋ ਬਿੱਟੂ ਵੀਰ ਜੀ ਦਾ, ਦੀਪਕ ਜੀ ਦਾ ਬਹੁਤ ਸ਼ੁਕਰਾਨਾ, ਸਾਊਂਡ ਵਾਲਿਆਂ ਦਾ, ਦੀਪ ਸਾਊਂਡ ਦੋਨੋਂ ਭਰਾਵਾਂ, ਇਹ ਦੋਨੋਂ ਦਾ ਬਹੁਤ ਸ਼ੁਕਰਾਨਾ ਜੋ ਉਚੇਚੇ ਤੌਰ 'ਤੇ ਇਹ ਵੀ ਆਏ ਨੇ, ਅਤੇ ਸਮੂਹ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ, ਇੱਕ ਇੱਕ ਜਣੇ ਦਾ, ਅੰਮ੍ਰਿਤਪਾਲ ਸਰ ਬੈਠੇ ਹੋਏ ਨੇ, ਸਾਰੇ ਹੀ ਬੜੀ ਕਿਰਪਾ ਮੈਮ ਬੈਠੇ ਹੋਏ ਨੇ, ਬਹੁਤ ਕਿਰਪਾ ਨਾਲ ਆਪ ਜੀਆਂ ਨੇ ਦਰਸ਼ਨ ਦਿੱਤੇ ਨੇ। ਸ਼ੁਕਰਾਨਾ ਹੈ ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਦਾ, ਭਾਈ ਸਾਹਿਬ ਜੀ ਮੱਲੀ ਜੀ ਵੀ ਆਏ ਨੇ ਅਸੀਸ ਦੇਣ, ਤੁਹਾਡਾ ਮੈਸੇਜ ਆ ਗਿਆ ਸੀ ਅਤੇ ਆਉਣਾ ਜ਼ਰੂਰ ਹੈ। ਬੜੀ ਕਿਰਪਾ ਕੀਤੀ ਇਹਨਾਂ ਨੇ, ਬਹੁਤ ਪਿਆਰ ਕਰਦੇ ਨੇ ਕੀਰਤਨੀਆਂ ਨੂੰ, ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਉਹਨਾਂ ਦਾ ਬਹੁਤ ਸ਼ੁਕਰਾਨਾ। ਆਓ ਜੀ, ਹਾਂਜੀ ਇੱਥੇ ਵੀ ਰੱਖ ਦਈਏ। ਵਾਹ ਜੀ ਵਾਹ, ਅਸੀਂ ਫਿਰ ਗੁਰੂ ਕਿਰਪਾ ਕਰੇ ਕੋਸ਼ਿਸ਼ ਕਰਦੇ ਹਾਂ ਕਿ ਕੋਈ ਆਉਣ ਵਾਲੀ ਮਿਤੀ ਦੇਖ ਲਾਂਗੇ ਜੋ ਵੀ ਤਰੀਕ ਬੈਠੇਗੀ। ਅੱਛਾ, ਇੱਕ ਵਾਰੀ ਤੁਸੀਂ ਸਾਨੂੰ ਨਾ ਅੱਜ ਦਾ ਟਾਈਮ ਦਿਓ, ਤੁਹਾਨੂੰ ਕੱਲ੍ਹ ਤੱਕ ਸਾਰੀ ਅਪਡੇਟ ਮਿਲ ਜਾਏਗੀ। ਫਿਰ ਪੱਕੀ ਸਾਡੀ ਜ਼ੁਬਾਨ ਰਹੀ, ਜੇ ਤੁਸੀਂ ਜ਼ੁਬਾਨ ਕਰਤੀ ਤਾਂ ਅਸੀਂ ਕੱਲ੍ਹ ਜ਼ੁਬਾਨ ਕਰ ਦਾਂਗੇ। ਵਾਹ, ਦੇਖੋ ਐਸੇ ਪ੍ਰਬੰਧਕ ਵੀ ਕਿੱਥੇ ਮਿਲਦੇ ਨੇ, ਇੰਨਾ ਉਤਸ਼ਾਹ ਹੈ ਤੁਹਾਡੇ ਅੰਦਰ ਕਿ ਬਈ ਤੁਸੀਂ ਹੁਣੇ ਹੀ ਕਹਿ ਤਾ ਵੀ ਸਮਾਗਮ ਰੱਖੀਏ। ਗੁਰੂ ਕਿਰਪਾ ਕਰੇ ਕਿ ਕਈ ਵਾਰ ਕੀ ਹੁੰਦਾ ਨਾ, ਵਿਰਲਾ ਜਿਹੜਾ ਟੁੱਟਿਆ ਉਹ ਜੁੜ ਜਾਂਦਾ ਹੈ ਸੰਗਤ ਵਿੱਚ ਆ ਕੇ। ਸਾਨੂੰ ਨਹੀਂ ਪਤਾ ਕੌਣ ਕਿਸ ਦੌਰ ਤੋਂ ਗੁਜ਼ਰ ਰਿਹਾ। ਸੋ ਗੁਰੂ ਤਰਸ ਕਰੇ, ਰਹਿਮਤ ਕਰੇ ਕਿ 5 ਮਈ ਭਾਈ ਸਾਹਿਬ ਜੀ ਨੇ ਬੋਲਿਆ ਜੇ ਤਾਂ ਕਿੱਥੇ ਦਿੱਲੀ ਹੋਏ ਤਾਂ ਜ਼ਰੂਰ ਮਹਾਰਾਜ ਕਿਰਪਾ ਕਰਨ ਤੁਹਾਡੇ ਦਰਸ਼ਨ ਕਰਾਂਗੇ। ਅੱਗੇ ਅੱਗੇ ਹੋਰ ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਬੇਨਤੀ ਕਰ ਰਹੇ ਹਾਂ, ਜਿਹੜੇ ਵੀ ਪ੍ਰਬੰਧਕ ਉਲੀਕਣਗੇ ਮਹਾਰਾਜ ਕਿਰਪਾ ਕਰਨ, ਅਸੀਂ ਇੱਕ ਇਹ ਚਲਾ ਦੇਣਾ ਕਿ ਵੀ 2-3 ਮਹੀਨੇ ਦੇ ਵਿੱਚ ਇੱਕ ਨਾਮ ਅਭਿਆਸ ਸਿਮਰਨ ਸਮਾਗਮ ਰੱਖੀਏ ਜੀ। ਆਓ ਹੁਣ ਆਨੰਦ ਸਾਹਿਬ ਜੀ ਦਾ ਪਾਠ ਕਰਾਂਗੇ, ਕੋਈ ਵੀ ਰਸਨਾ ਵਾਂਝੀ ਨਾ ਜਾਵੇ ਜੀ। ਰਾਮ ਕਲੀ ਮਹਲਾ ਤੀਜਾ ਨੰਦ ਇੱਕ ਓਂਕਾਰ ਸਤਿਗੁਰੂ ਸਾਧ ਨੰਦ ਮਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਮ ਸਿੰਘ ਪਰਿਵਾਰ ਭੰਗ ਸ਼ਬਦ ਗਾਵਣੇ ਆਈਆਂ ਕਹਿ ਨਾਨਕ ਨੰਦ ਹੋ ਬਸ ਸਤਿਗੁਰੂ ਮੈਂ ਪਾਇਆ ਹਰਨਾਲ ਹੋ ਤੁਮਾਰ ਮੇਰੇ ਦੁੱਖ ਸਭ ਸਾਰਾ
ਸਾਡੀ ਕਾਰ ਕਰ ਤੇ ਅਪਾਰ ਸਮਰਥ ਸਵਾਮੀ ਸੁਖ ਮਨ ਸਾਰੇ ਕਹਿ ਨਾਨਕ ਮਨ ਮੇਰੇ ਸਰਦਾਰ ਹੋ ਸਾਰੇ ਸਾਚੇ ਸਾਹਿਬਾ ਕਾਲ ਤੇਰੇ ਸਦਾ ਸਚਲਾ ਤੇਰੀ ਨਾਮ ਅਨੁਸਾਵੇ ਨਾਮ ਕੇ ਮਨ ਵਿੱਚ ਵੱਜ ਕਹਿ ਨਾਨਕ ਸਚ ਸਾਹਿਬ ਗਿਆਨ ਹੈ ਸਤਨਾਮ ਸਤਨਾਮ ਦਾ ਮੇਰਾ ਦਿਨ ਭੁੱਖਾਂ ਸਭ ਜਵਾਨ ਕਸਾਨ ਸੁਪਨ ਆਏ ਵਸੇ ਅੱਜ ਇੱਛਾ ਸਭ ਦਾ ਸਦਾ ਗੁਰਬਾਨ ਕਿਤਾ ਹੋਰ ਮਿੱਟੋ ਕਹਿ ਨਾਨਕ ਸੁਣ ਸਭ ਸ਼ਬਦ ਲੋਕ ਸਚਨਾਮ ਆਇਆ ਵਜੇ ਪੰਚ ਵਿੱਚ ਘਰ ਸਭਾ ਕੇ ਘਰ ਸਭਾ ਕੇ ਸ਼ਬਦ ਵਜੇ ਖਲਵਾ ਪੰਚ ਦੁਰਸ ਕੀਤੇ ਕਾਲ ਸਰਕਾਰ ਪਾਇਆ ਤੁਝੇ ਕਿਸੇ ਨਾਮ ਕਹਿ ਨਾਨਕ ਸੁਣ ਸਭ ਸ਼ਬਦ ਕਰਮ ਅਨੰਤ ਸੁਣੋ ਪ੍ਰਭਾਵ ਜੋ ਸਗਲ ਮਨੋ ਪਾਰ ਪ੍ਰਭਾਇਆ ਤੇ ਸਗਲ ਵਿਜੂਰੇ ਦੁਖ ਰੋਗ ਸੰਤਾਪ ਸੁਣ ਜੱਤੀ ਮਾਨ ਸੰਤ ਜਨ ਦੇ ਸੱਚੇ ਪੂਰੇ ਕੁਰਤੇ ਜਾਣ ਸੁਣ ਦੇ ਪ੍ਰੀਤ ਕੇ ਜੇ ਸਤਗੁਰ ਦੇ ਆਪ ਬ੍ਰਹਮੰਡਾ ਰੂਪ ਜਨ ਨਤ ਵਜ ਜਨ ਤੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਿਵਸ ਰਾਤ ਨਾਨਕ ਤੇ ਮੁਖੀ ਉਜਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਸਗਲ ਸਮਗਰੀ ਤੁਮਰੈ ਸੋ ਤਰ ਤਾਰੀ ਤੁਮ ਤੇ ਹੋਏ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਤੁਮਰੀ ਗਤ ਮਿਤ ਤੁਮਹੀ ਜਾਨੀ ਬੋਲਣ ਜੀ ਸਤਨਾਮ ਸ਼੍ਰੀ ਵਾਹਿਗੁਰੂ 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 ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤ ਜੀ ਸਹਾਏ ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਮਰਕ ਹੈ ਗੁਰੂ ਨਾਨਕ ਨੇ ਧਿਆਏ ਬਿਰੰਗਤ ਗੁਰ ਤੇ ਅਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਹ ਡਿੱਠੇ ਸਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਣੀ ਦਾਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਸਾਈਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾੜ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸ਼ੀਸ਼ ਦਿੱਤੇ ਬੰਦ ਬੰਦ ਕਟਾਏ ਖੁਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬ੍ਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸੁਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਨ ਦਾ ਰੱਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਰਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਰ ਨਿਓਟੀਆਂ ਦੀ ਓਟ ਨੀ ਆਸਰਿਆਂ ਦੇ ਆਸਰੇ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਦਾਤਾਰ ਪਿਤਾ ਜੀਓ ਠਾਂਡ ਭਇਓ ਮੈਂ ਜੋਰ ਕਰ ਬਚਨ ਕਹਾਂ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦਸਵੇਂ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਓ ਖਾਲਸਾ ਸਾਜਨਾ ਦਿਵਸ ਵੈਸਾਖੀ ਦੀ ਖੁਸ਼ੀ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਸਰਬਸਾਤ ਸੰਗਤਾਂ ਵੱਲੋਂ ਸੋਹਣੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਲਾਹੀ ਬਾਣੀ ਆਰਤੀ ਸ਼ਬਦ ਕੀਰਤਨ ਸ਼ਬਦ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਕੀਤੇ ਗਏ ਦਾਤਾਰ ਪਿਤਾ ਜੀ ਉਹ ਪਾਵਨ ਬਾਣੀ ਪੜ੍ਹਦਿਆਂ ਗਾਇਨ ਕਰਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬੇਅਦਬੀਆਂ ਨੂੰ ਖਿਮਾ ਬਖਸ਼ ਲੈਣਾ ਅਗਾਂ ਵਾਸਤੇ ਆਪ ਸੁਮਤ ਬਖਸ਼ਣਾ ਜੀ ਸੋਝੀ ਬਖਸ਼ਣਾ ਦਾਤਾਰ ਪਿਤਾ ਜੀ ਉਹ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਉ ਦਰਾਈਆਂ ਸਾਧ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਜੀ ਆਈਆਂ ਗੁਰੂ ਕੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀ ਅੰਗ ਸੰਗ ਸਹਾਈ ਹੋਣਾ ਸਰਬੱਤ ਸਾਧ ਸੰਗਤਾਂ ਨੂੰ ਦਰੋਂ ਘਰੋਂ ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਦੇਹ ਰੋਗਤਾ ਤੰਦਰੁਸਤੀਆਂ ਸਿਹਤਾਂ ਬਖਸ਼ਣੀਆਂ ਨਿਤਾ ਪ੍ਰਤੀ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਆਪਣੇ ਚਰਨਾਂ ਕਮਲਾਂ ਨਾਲ ਜੋੜੀ ਰੱਖਣਾ ਦਾਤਾਰ ਜੀਓ ਆਪ ਦਰਗੜ੍ਹ ਦੇ ਸੇਵਕ ਸਰਦਾਰ ਨੱਥਾ ਸਿੰਘ ਜੀ ਸਰਦਾਰ ਸੁਰਿੰਦਰ ਸਿੰਘ ਜੀ ਸਲੂਜਾ ਹੋਰ ਆਪ ਜੀ ਦੇ ਗੁਰਮੁਖ ਪਰਿਵਾਰ ਸਰਦਾਰ ਗੁਰਪ੍ਰੀਤ ਸਿੰਘ ਜੀ ਉੱਪਲ ਬੱਚਾ ਅੰਗਦਪਾਲ ਸਿੰਘ ਸਰਦਾਰ ਹਰਜੀਤ ਸਿੰਘ ਜੀ ਆਪ ਜੀ ਦੇ ਰੋਗਤਾ ਲਈ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੋਈ ਹੈ ਦਾਤਾਰ ਜੀਓ ਸਰਦਾਰ ਬਲਜਿੰਦਰ ਸਿੰਘ ਜੀ ਮੋਨੂ ਸਰਦਾਰ ਹਰਜੀਤ ਸਿੰਘ ਸਰਦਾਰ ਜਸਵਿੰਦਰ ਸਿੰਘ ਦਾਤਾਰ ਪਿਤਾ ਜੀਓ ਬੀਬੀ ਰਵਿੰਦਰ ਕੌਰ ਬੱਚਾ ਜਸਪ੍ਰੀਤ ਸਿੰਘ
ਸਰਦਾਰ ਪ੍ਰਤਪਾਲ ਸਿੰਘ ਸੇਵਕ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੋਈ ਹੈ। ਆਪਣੀ ਬੱਚੀ ਹਰਨੀਤ ਕੌਰ, ਬੱਚਾ ਮਨਦੀਪ ਸਿੰਘ, ਦਾਤਾਰ ਪਿਤਾ ਜੀ ਸਰਦਾਰ ਮਹਿੰਦਰ ਸਿੰਘ ਸੇਵਕ ਪਰਿਵਾਰ ਵੱਲੋਂ ਬੱਚੀ ਸਿਲਕੀ ਦੀ ਦੇਹ ਰੋਗਤਾ ਲਈ ਅਰਦਾਸ ਬੇਨਤੀ ਹੋਈ ਹੈ। ਹੋਰ ਆਪ ਜੀ ਦੇ ਗੁਰਮੁਖ ਪਰਿਵਾਰ ਦਾਤਾਰ ਪਿਤਾ ਜੀ ਨਾਮ ਆਪ ਜੀ ਜਾਣੀ ਜਾਣ ਹੋ, ਬੇਅੰਤ ਬੇਅੰਤ ਮਾਇਆ ਅਰਦਾਸ ਹੋਈ ਹੈ। ਆਪਣੇ ਸੇਵਕਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਜਿਨ੍ਹਾਂ ਖਜ਼ਾਨਿਆਂ ਵਿੱਚੋਂ ਸੇਵਕਾਂ ਨੇ ਮਾਇਆ ਅਰਦਾਸ ਕਰਾਈ, ਸੋ ਖਜ਼ਾਨੇ ਭਰਪੂਰ ਕਰਨੇ ਜੀ, ਕਾਲ ਕੰਟਕ ਦੂਰ ਕਰਨੇ, ਆਪਣੇ ਦਇਆ ਦੇ ਭੰਡਾਰਿਆਂ ਵਿੱਚੋਂ ਦੇਹ ਰੋਗਤਾ ਤੰਦਰੁਸਤੀਆਂ ਸਿਹਤਾਂ ਬਖਸ਼ਣੀਆਂ, ਕਿਰਤ ਕਮਾਈਆਂ ਵਿੱਚ ਕਾਰੋਬਾਰਾਂ ਵਿੱਚ ਬਰਕਤਾਂ ਪਾਵਣੀਆਂ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਸਰਬਤ ਸਾਧ ਸੰਗਤਾਂ ਵੱਲੋਂ ਕੜਾ ਪ੍ਰਸਾਦ ਦੀ ਦੇਗ ਹਾਜ਼ਰ ਹੈ, ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸੰਗਤ ਵਿੱਚ ਵਰਤਾਉਣ ਦੀ ਆਪ ਜੀ ਦੀ ਆਗਿਆ ਹੋਵੇ, ਜੋ ਜੀ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਹੁਕਮਨਾਮੇ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਸਮਤ ਬਖਸ਼ਣਾ ਜੀ, ਸਹੀ ਪਿਆਰੇ ਮੇਲ ਦੇ ਨਾਮ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬ ਹੈ ਨਾ ਵਿਆਪੈ ਚਿੰਤਾ। ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਭਾਈ, ਜਿਸ ਸਿਮਰਤ ਸੁਖ ਪਾਈਐ ਸਭ ਤਿੱਖਾ ਬੁਝਾਈ। ਤਨਾਸਰੀ ਮਹਿਲਾ ਪੰਜਵਾਂ, ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿੰਦ, ਦੁਖ ਨਾ ਸਕੈ ਬਿਆਪ, ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿੰਦ, ਦੁਖ ਨਾ ਸਕੈ ਬਿਆਪ, ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੁਝੈ,
ਇਹ ਜਤਨ ਕਾਟ ਕਲ ਕਾਲ ਰਹਾਉ। ਆਦਿ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਈ। ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ। ਵੇਦ ਸਿਮਰਤ ਕਥੈ ਸਾਸਤ ਭਗਤ ਕਰੈ ਵਿਚਾਰ। ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ। ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ। ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ। ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ। ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗੀ ਹੋ, ਜੋ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ ਜੀ। ਬੜੇ ਹੀ ਪਿਆਰ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਬਬੀਹਾ, ਇੱਕ ਦਿਨ ਭਾਈ ਸਾਹਿਬ ਜੀ ਦਾ ਲਾਈਵ ਕੀਰਤਨ ਆ ਰਿਹਾ ਸੀ ਅਤੇ ਨਾਲ ਸ਼੍ਰੀਨਗਰ ਬਾਰੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਆਪ ਜੀ ਸਾਰੇ ਜਾਣਦੇ ਹੋ, ਅਤੇ ਉਹ ਮਖੌਲ ਦੇ ਵਿੱਚ ਉਹਨਾਂ ਨੇ ਕਿਹਾ ਸੀ, ਕਹਿੰਦੇ ਬਬੀਹਾ ਜਿਹੜਾ ਉਹ ਹੁੰਦਾ ਹੈ ਨਾ ਉਹ ਅੰਮ੍ਰਿਤ ਵੇਲੇ ਬੋਲਦਾ ਹੈ। ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਆਪਾਂ ਬਾਣੀ ਵਿੱਚ ਵੀ ਪੜ੍ਹਦੇ ਹਾਂ, ਕਹਿੰਦੇ ਜਿੰਨੇ ਵੀ ਤੁਹਾਡੇ ਨਾਮ ਦੇ ਅੱਗੇ ਬਬੀਹਾ ਲਾਇਆ ਨਾ ਬੜਾ ਸੋਚ ਸਮਝ ਕੇ ਲਾਇਆ, ਇਹ ਬਬੀਹਾ ਅੰਮ੍ਰਿਤ ਵੇਲੇ ਵੀ ਬੋਲਦਾ ਹੈ ਅਤੇ ਜਦੋਂ ਵੀ ਬੋਲਦਾ ਅਤੇ ਨਾਲ ਨਾਲ ਜਿੰਨੇ ਹੋਰ ਬਬੀਏ ਬੈਠੇ ਹੁੰਦੇ ਨੇ ਸਾਰੇ ਹੀ ਬੋਲਣ ਲੱਗ ਪੈਂਦੇ ਨੇ। ਅਤੇ ਗੁਰੂ ਮਹਾਰਾਜ ਦੀ ਬੜੀ ਬਖਸ਼ਿਸ਼ ਹੈ, ਦਾਸ ਵੀ ਜਿਵੇਂ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਦੱਸਿਆ ਕਿ ਮੈਂ ਸ਼ੁਰੂਆਤ ਜਦੋਂ ਕੀਤੀ ਨਾ ਅਤੇ ਚਾਰ ਬੰਦੇ ਵੀ ਗੁਰੂ ਘਰ ਵਿੱਚ ਨਹੀਂ ਹੁੰਦੇ ਸੀ ਗ੍ਰੰਥੀ ਸਿੰਘ ਨੂੰ ਛੱਡ ਕੇ, ਉਰੇ ਸਾਡੇ ਸਾਰੇ ਹੀ ਸਿੰਘ ਸਭਾਵਾਂ ਦਾ ਹਾਲ ਹੈ। ਗੁਸਾਨਾ ਕਰਨਾ ਮੇਰੀ ਗੱਲ ਦਾ, ਮੈਂ ਸੱਚ ਬੋਲਦਾ। ਸਵੇਰੇ ਜਦੋਂ ਆਸਾ ਕੀ ਵਾੜ ਦਾ ਕੀਰਤਨ ਹੁੰਦਾ ਨੇ, ਇਹ ਨਹੀਂ ਕਿ ਤੁਹਾਡੇ ਸਾਰਿਆਂ ਦੇ ਘਰ ਵਿੱਚ ਕੰਮ ਹੁੰਦੇ ਨੇ, ਉਹ ਪਹਿਲਾਂ ਵੀ ਹੁੰਦੇ ਸੀ, ਪਰ ਲੋਕ ਸਭ ਤੋਂ ਪਹਿਲਾਂ ਲੋਕਾਂ ਦਾ ਧਰਮ ਸੀ ਬਈ ਗੁਰੂ ਘਰ ਹਾਜ਼ਰੀਆਂ ਭਰਨੀਆਂ, ਆਸਾ ਕੀ ਵਾਰ ਸੁਣਨੀ। ਪਹਿਲਾਂ ਰਾਗੀ ਨਹੀਂ ਸੀ ਹੁੰਦੇ ਕੀਰਤਨ ਕਰਨ ਵਾਸਤੇ। ਮੈਂ ਰਕਾਬਗੰਜ 5 ਸਾਲ ਸਿੱਖਿਆ ਲਿਆਈਏ ਅਤੇ ਸਾਡੇ ਉਸਤਾਦ ਪ੍ਰੋਫੈਸਰ ਦਿਆਲ ਸਿੰਘ ਜੀ ਦੱਸਦੇ ਹੁੰਦੇ ਸਨ ਕਿ ਸੀਸਗੰਜ ਦੇ ਵਿੱਚ ਸਿਰਫ ਇੱਕ ਜੱਥਾ ਸੀ, ਬੰਗਲਾ ਸਾਹਿਬ ਦੇ ਵਿੱਚ ਇੱਕ ਜੱਥਾ ਹੁੰਦਾ ਸੀ, ਸਵੇਰੇ ਕੀਰਤਨ ਹੋਣਾ ਅਤੇ ਸਾਮੀ ਜਿਵੇਂ ਸਿੰਘ ਸਭਾ ਵਿੱਚ ਹੁੰਦਾ, ਅਤੇ ਹਰ ਥਾਂ 'ਤੇ ਇੱਕੋ ਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ। ਹਾਂ ਆਪ ਜੀ ਚਰਨ ਛੋ ਸਥਾਨ 'ਤੇ ਜਾਓ ਜੀ, ਸਦਕੇ ਜਾਓ, ਪਰ ਧਿਆਨ ਰੱਖਿਆ ਕਰੋ ਵੀ ਜਿਹੜੇ ਸਿੰਘ ਸਭਾ ਹੁੰਦੇ ਨੇ ਆਪਣੇ ਵਾਸਤੇ ਨਹੀਂ ਮੈਂ ਕਹਿ ਰਿਹਾ, ਤੁਹਾਡੇ ਵਾਸਤੇ ਹੈ। ਆਪ ਜੀ ਲਾਈਵ ਕੀਰਤਨ ਸੁਣਦੇ ਬੜੀ ਚੰਗੀ ਗੱਲ ਹੈ ਟੀ ਵੀ ਦੇ ਅੱਗੇ ਬਹਿ ਕੇ, ਪਰ ਜਿਹੜਾ ਅਸੀਂ ਗੁਰੂ ਚਰਨਾਂ ਵਿੱਚ ਆ ਕੇ ਜੁੜਾਂਗੇ ਨਾ, ਉਹ ਸਵਾਦ ਤੁਹਾਨੂੰ ਘਰ ਬਹਿ ਕੇ ਨਹੀਂ ਮਿਲ ਸਕਦਾ। ਇਹ ਗੁਰੂ ਦੀ ਗੋਦ ਵਿੱਚ ਬਹਿਣਾ, ਇੱਕ ਆਪਣੇ ਘਰ ਵਿੱਚ ਬਹਿਣਾ, ਬੜਾ ਫਰਕ ਹੁੰਦਾ।
ਭਾਈ ਸਾਹਿਬ ਨੇ ਦੱਸਿਆ ਕਿ ਮੈਂ ਜਦੋਂ ਵੀ ਕੀਰਤਨ ਕੀਤਾ ਹੈ ਕਿ ਇੱਕ ਬੰਦਾ ਨਹੀਂ ਹੁੰਦਾ ਸੀ ਪਰ ਗੁਰੂ ਦੇ ਵਾਸਤੇ ਕੀਤਾ ਹੈ। ਹੁਣ ਗੁਰੂ ਦੀ ਇੰਨੀ ਮੇਕ ਕਿਰਪਾ ਹੋਈ ਹੈ, ਗਾਂਧੀ ਨਗਰ ਅਸੀਂ ਦੋ ਆਪ ਭਾਈ ਸਾਹਿਬ ਅਤੇ ਮੈਂ ਦੋਵੇਂ ਇਕੱਠੇ ਕੀਰਤਨ ਕਰਦੇ ਰਹੇ ਹਾਂ ਇੱਕੋ ਸਟੇਜ 'ਤੇ। ਇਹਨਾਂ ਤੋਂ ਬਾਅਦ ਫਿਰ ਪਟਿਆਲੇ ਵਾਲੇ ਆਉਂਦੇ ਸਨ, ਫਿਰ ਉਸ ਤੋਂ ਵੱਡੇ ਰਾਗੀ ਆਉਂਦੇ ਸਨ ਅਤੇ ਭਾਈ ਸਾਹਿਬ ਦੀ ਉਸ ਵੇਲੇ ਭੇਟਾ ਵੀ ਕੋਈ 2100 ਦਿੰਦਾ ਸੀ, ਕੋਈ 3100 ਦਿੰਦਾ ਸੀ, ਅਤੇ ਕੋਈ ਨਹੀਂ ਜੀ ਸਦਕੇ ਜੇ ਅੱਜ ਕੋਈ ਹਜ਼ਾਰਾਂ ਵੀ ਦਿੰਦਾ ਹੈ, ਲੱਖਾਂ ਵੀ ਦਿੰਦਾ ਹੈ, ਤਾਂ ਵੀ ਗੁਰੂ ਦੇ ਚਰਨਾਂ ਵਿੱਚ ਜੁੜੇ ਹੋਏ ਨੇ, ਕਹਿੰਦੇ ਮੈਨੂੰ ਇਹ ਨਹੀਂ ਚਾਹੀਦਾ ਸੰਗਤ ਦਾ ਪਿਆਰ ਚਾਹੀਦਾ ਹੈ। ਬਹੁਤ ਵੱਡੇ ਬੋਲ ਬੋਲੇ ਨੇ ਗੁਰੂ ਮਹਾਰਾਜ ਕਿਰਪਾ ਕਰਨ। ਬੜੀ ਛੋਟੀ ਏਜ ਹੈ ਪਰ ਗੁਣ ਉਹ ਜਦੋਂ ਦਿੰਦਾ ਹੈ ਨਾ ਤਾਂ ਏਜ ਨਹੀਂ ਵੇਖਦਾ, ਭਾਵੇਂ ਭਗਤੀ ਹੋਏ ਭਾਵੇਂ ਗੁਣ ਹੋਣ। ਆਪਾਂ ਧੂਪ ਧਰੂ ਪ੍ਰਹਿਲਾਦ ਦਾ ਨਾਮ ਲਿਆ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਅਤੇ ਭਗਤ ਪ੍ਰਹਿਲਾਦ ਦੀ ਉਮਰ 5 ਸਾਲ ਦੀ ਸੀ ਜਦੋਂ ਉਹਨਾਂ ਨੂੰ ਰਬ ਦੇ ਨਾਲ ਸੁਰਤ ਟਿਕਾਉਣੀ ਆ ਗਈ ਸੀ। ਕਿੰਨੇ ਸਾਲ ਦੀ ਸੀ ਜੀ? 5 ਸਾਲ ਦੀ। ਕਈ ਨੰਬੇ ਨੰਬੇ ਸਾਲ ਜੀਕੇ ਜਾ ਰਹੇ ਨੇ, ਉਹਨਾਂ ਨੂੰ ਤਾਂ ਵੀ ਪਤਾ ਨਹੀਂ ਲੱਗਦਾ ਕਿ ਗੁਰੂ ਚਰਨਾਂ ਵਿੱਚ ਕਿਵੇਂ ਟਿੱਕੇ ਬਹਿਣਾ। ਪੂਰੀ ਇੱਕ ਸਾ ਇੱਕ ਸਿਰਫ ਇੱਕ ਜੋਨੀ ਦੀ ਉਮਰ ਨਹੀਂ, 90 ਸਾਲ ਨਹੀਂ, ਪਤਾ ਨਹੀਂ ਕਿੰਨੀ ਜੋਨੀਆਂ ਭੋਗ ਕੇ ਆ ਰਹੇ ਹਾਂ ਅਸੀਂ, ਤਾਂ ਵੀ ਸਾਨੂੰ ਧਿਆਨ ਟਿਕਾਣਾ ਨਹੀਂ ਆਉਂਦਾ। ਜੇ ਆ ਜਾਏ ਤਾਂ 5 ਸਾਲ ਦੀ ਉਮਰ ਵਿੱਚ ਵੀ ਆ ਸਕਦਾ। ਜਿਸਨੂੰ ਤੇਰੀ ਨਦਰ ਨਾ ਲੇਖਾ ਪੁੱਛੀ ਹੈ, ਜੇ ਉਹਦੀ ਨਦਰ ਹੋ ਜਾਏ ਤਾਂ ਸਾਡੇ ਕੀਤੇ ਹੋਏ ਮਾੜੇ ਕਰਮਾਂ ਦਾ ਲੇਖਾ ਨਹੀਂ ਪੁੱਛਿਆ ਜਾਂਦਾ। ਸਾਧ ਸੰਗਤ ਜੀ, ਭਾਈ ਸਾਹਿਬ ਨੇ ਬੜਾ ਹੀ ਸੋਹਣਾ ਮਾਹੌਲ, ਔਰ ਸਭ ਤੋਂ ਜ਼ਿਆਦਾ ਆਪ ਜੀ ਦਾ ਯੋਗਦਾਨ ਹੈ। ਉਹ 3 ਬੰਦੇ ਹੁੰਦੇ ਨੇ, 5 ਹੁੰਦੇ ਨੇ, ਪਰ ਜਦੋਂ ਇਹ 500-400 ਦਾ ਇਕੱਠ ਇੱਕ ਰਸਨਾ ਦੇ ਨਾਲ ਬਾਣੀ ਬੋਲਦਾ ਨਾ, ਉਹ ਕੰਨਾਂ ਦੀ ਜਿਹੜੀ ਧੁਨ ਪੈਂਦੀ ਉਹਦਾ ਰਸ ਵੱਖਰਾ ਹੁੰਦਾ। ਗੁਰੂ ਮਹਾਰਾਜ ਕਿਰਪਾ ਕਰਨ ਜੀ, ਕੱਲ੍ਹ ਇਸ ਅਸਥਾਨ 'ਤੇ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਰਮਤਾ ਹੋਏਗੀ। 13 ਤਰੀਕ ਨੂੰ ਸਵੇਰੇ 8:30 ਵਜੇ ਸੰਪੂਰਨਤਾ, 8:30 ਤੋਂ ਲੈ ਕੇ 11:30 ਤੱਕ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਅੰਮ੍ਰਿਤਸਰ ਵਾਲੇ ਆਪ ਜੀ ਨੂੰ 10:30 ਤੋਂ 11:30 ਗੁਰੂ ਕੇ ਕੀਰਤਨ ਰਾਹੀਂ ਗੁਰੂ ਚਰਨਾਂ ਵਿੱਚ ਜੋੜਨਗੇ। ਰਾਤ ਦੇ ਦੀਵਾਨ ਵੀ ਸਜਾਏ ਜਾਣਗੇ ਇਸ ਸਥਾਨ 'ਤੇ ਵਿਸਾਖੀ ਵਾਲੇ ਦਿਨ ਰਾਤੀ 8 ਤੋਂ ਲੈ ਕੇ 9 ਵਜੇ ਤੱਕ, ਜਿਸ 'ਚ ਭਾਈ ਸਾਹਿਬ ਭਾਈ ਸਤਵੀਰ ਸਿੰਘ ਜੀ ਖਾਲਸਾ ਜੋ ਕਿ ਦਿੱਲੀ ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੇਵਾ ਨਿਭਾ ਰਹੇ ਨੇ, ਉਹਨਾਂ ਨੇ ਆਪ ਜੀ ਨੂੰ ਗੁਰੂ ਚਰਨਾਂ ਵਿੱਚ ਜੋੜਨਾ ਹੈ। ਸੋ ਆਪ ਜੀ ਨੇ ਇਸੇ ਤਰ੍ਹਾਂ ਹਾਜ਼ਰੀਆਂ ਭਰਨੀਆਂ ਨੇ, ਔਰ ਸਵੇਰ ਦੀ ਹਾਜ਼ਰੀ ਜ਼ਰੂਰ ਭਰਿਆ ਕਰੋ ਜੀ। ਜਿੱਥੇ ਵੀ ਆਪ ਜੀ ਦਾ ਕੋਈ ਸਿੰਘ ਸਭਾ ਗੁਰੂ ਘਰ ਹੋਏ ਤਾਂ ਜ਼ਰੂਰ ਭਾਵੇਂ 10 ਮਿੰਟ ਵਾਸਤੇ ਜਾਓ, ਫਿਰ ਸਾਡੇ ਵਰਗਿਆਂ ਦਾ ਹੌਸਲਾ ਬੜ ਜਾਂਦਾ ਵੀ ਸਾਨੂੰ ਵੀ ਕੋਈ ਸੁਣਦਾ। ਅਸੀਂ ਇਕੱਲੇ ਹੀ ਲੱਗੇ ਰਹਿੰਦੇ ਹਾਂ, ਸਵੇਰੇ 3 ਬੰਦੇ ਹੁੰਦੇ ਨੇ ਜਾਂ 4 ਹੁੰਦੇ ਨੇ, ਅਤੇ ਸਾਡੇ 'ਤੇ ਥੋੜ੍ਹਾ ਜਿਹਾ ਤਰਸ ਕਰਿਆ ਕਰੋ। ਸਾਧ ਸੰਗਤ ਜੀ, ਹੱਥ ਜੋੜ ਕੇ ਬੇਨਤੀ ਕਰਦਾ, ਕਿਉਂਕਿ ਇਹ ਬਾਣੀ ਹੈ, ਇਹ ਖਜ਼ਾਨਾ ਅਸੀਂ ਜਿੰਨਾ ਸੁਣਾਂਗੇ ਪੜ੍ਹਾਂਗੇ ਸਾਡੇ ਹਿਰਦੇ ਦੇ ਅੰਦਰ ਵਸੇਗਾ। ਹੋਈਆਂ ਭੁੱਲਾਂ ਗਲਤੀਆਂ ਨੂੰ ਖਿਮਾ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।